ਕਿ ਅਸੀਂ ਅੱਜ ਹੀਰ ਵਾਰਿਸ ਸ਼ਾਹ ਮੇਡ ਇਜ਼ੀ ਸਿਲੈਕਟਡ ਟੈਕਸਟ ਐਂਡ ਸਟੋਰੀ ਜਿਹੜੀ ਹੈ ਉਹਦੀ ਤੀਜੀ ਕਿਸ਼ਤ ਕਰ ਰਹੇ ਹਾਂ। ਪਿਛਲੀ ਵਾਰੀ ਅਸੀਂ ਕਹਾਣੀ ਜਿੱਥੋਂ ਤੱਕ ਪਹੁੰਚੀ ਸੀ ਉਹ ਸੀ ਕਿ ਰਾਂਝਾ ਜਿਹੜਾ ਹੈ ਉਹ ਮੱਝਾਂ ਹੀਰ ਦੀਆਂ ਪਿਓ ਦਾ ਨੌਕਰ ਹੋ ਗਿਆ ਅਤੇ ਉਹ ਮੱਝਾਂ ਲੈ ਕੇ ਅਤੇ ਆਪਣਾ ਜੰਗਲ ਵਿੱਚ ਗਿਆ ਹੈ ਔਰ ਜੰਗਲ ਵਿੱਚ ਜਾ ਕੇ ਉਹਨੇ ਅੱਲਾ ਨੂੰ ਯਾਦ ਕੀਤਾ ਅਤੇ ਉੱਥੇ ਪੰਜ ਪੀਰ ਆਏ ਨੇ ਔਰ ਮੈਂ ਕਿਹਾ ਸੀ ਕਿ ਜੀ ਪੰਜ ਪੀਰ ਜਿਹੜੇ ਨੇ ਉਹ ਵਾਰਿਸ ਸ਼ਾਹ ਨੇ ਖਾਸ ਤੌਰ ਦੇ ਉੱਤੇ ਆਪਣੀ ਕਹਾਣੀ ਵਿੱਚ ਉਹਨਾਂ ਨੂੰ ਇੰਡਕਟ ਕੀਤਾ ਹੈ, ਉਹਨਾਂ ਨੂੰ ਰਲਾਇਆ ਹੈ ਔਰ ਉਹਦਾ ਖਾਸ ਮਕਸਦ ਹੈ ਕਿ ਜਿਹੜੀ ਹੀਰ ਵਾਰਿਸ ਸ਼ਾਹ ਹੈ ਉਹਦੇ ਵਿੱਚ ਉਹ ਪੂਰੇ ਤਸੱਵਫ ਨੂੰ ਮਿਸਟਿਸਿਜ਼ਮ ਨੂੰ ਵੀ ਨਾਲ ਐਕਸਪਲੇਨ ਕਰਦਾ ਚਲਾ ਜਾਂਦਾ ਇਸ਼ਕ ਦੇ ਫਲਸਫੇ ਦੇ ਰਾਹੀਂ। ਸੋ ਉਹ ਜਦੋਂ ਹੀਰ ਉਹ ਚਲੇ ਜਾਂਦੇ ਨੇ ਜਿਹੜੇ ਪੀਰ ਨੇ ਅਤੇ ਹੀਰ ਜਿਹੜੀ ਹੈ ਉਹ ਉਹਦੇ ਲਈ ਚੂਰੀ ਤਾਂ ਪਤਾ ਲੈ ਕੇ ਆਉਂਦੀ ਹੈ, ਮਤਲਬ ਖਾਣਾ ਲੈ ਕੇ ਆਉਂਦੀ ਹੈ ਅਤੇ ਵਿੱਚੋਂ ਕਿਉਂਕਿ ਪਾਣੀ ਨਹੀਂ ਉੱਥੇ ਹੈਗਾ ਅਤੇ ਉਹ ਪਾਣੀ ਨਾਲ ਲੈਣ ਜਾਂਦੀ ਹੈ ਅਤੇ ਫਿਰ ਉੱਥੇ ਕੈਦ ਹੋ ਜਾਂਦਾ। ਪੜ੍ਹੋ ਹੁਣ ਇਹਨੂੰ ਤੁਸੀਂ। ਠੀਕ ਹੈ। ਹੀਰ ਗਈ ਜਾਂ ਨਦੀ ਵੱਲ ਲੈਣ ਪਾਣੀ ਕੈਦੋ ਆਣ ਕੇ ਮੁੱਖ ਵਿਖਾਉਂਦਾ ਹੈ। ਅਸੀਂ ਭੁੱਖ ਨੇ ਬਹੁਤ ਹੈਰਾਨ ਕੀਤੇ ਆਨ ਸਵਾਲ ਖੁਦਾ ਦਾ ਪਾਉਂਦਾ ਹੈ। ਰਾਂਝੇ ਰੁੱਖ ਭਰ ਕੇ ਚੂਰੀ ਚਾਹ ਦਿੱਤੀ ਲੈ ਕੇ ਤੁਰਤ ਹੀ ਪਿੰਡ ਨੂੰ ਧਾਮਦਾ ਹੈ। ਰਾਂਝਾ ਹੀਰ ਨੂੰ ਪੁੱਛਦਾ ਕੌਣ ਲੰਘਾ ਹੀਰੇ ਕੌਣ ਫਕੀਰ ਕਿਸ ਥਾਵੋਂ ਦਾ ਹੈ। ਵਾਰਿਸ ਸ਼ਾਹ ਮੀਆਂ ਜਿਵੇਂ ਪਛ ਕੇ ਤੇ ਕੋਈ ਉੱਪਰੋਂ ਲੂਣ ਚਾਹ ਲਾਉਂਦਾ ਹੈ। ਹਾਂਜੀ, ਇਹ ਹੈ ਹੀਰ ਗਈ ਜਾਂ ਨਦੀ ਵੱਲ ਲੈਣ ਪਾਣੀ ਕੈਦੋ ਆਣ ਕੇ ਮੁੱਖ ਵਿਖਾਉਂਦਾ ਹੈ। ਇੱਥੇ ਵਾਰਿਸ ਸ਼ਾਹ ਜਿਹੜਾ ਉਹ ਕੈਦੋ ਨੂੰ ਲਿਆ ਰਿਹਾ ਵਿੱਚ ਕਹਾਣੀ ਦੇ ਪਹਿਲੀ ਵਾਰੀ ਕਿ ਹੀਰ ਜਦੋਂ ਨਦੀ ਵੱਲ ਯਾਨੀ ਨਹਿਰ ਵੱਲ ਜਦੋਂ ਪਾਣੀ ਲੈਣ ਗਈ ਅਤੇ ਕੈਦੋ ਨੇ ਆ ਕੇ ਰਾਂਝੇ ਨੂੰ ਆਪਣਾ ਮੁੱਖ ਵਿਖਾਇਆ, ਮਤਲਬ ਉਹ ਆਣ ਕੇ ਉਹਨੇ ਆਪਣੇ ਇੰਤਜ਼ਾਰ ਹੋਇਆ। ਠੀਕ ਹੈ। ਅਸੀਂ ਭੁੱਖ ਨੇ ਬਹੁਤ ਹੈਰਾਨ ਕੀਤੇ ਆਣ ਸਵਾਲ ਖੁਦਾ ਦਾ ਪਾਉਂਦਾ ਹੈ, ਮਤਲਬ ਕੈਦੋ ਕਹਿੰਦਾ ਹੈ ਕਿ ਸਾਨੂੰ ਭੁੱਖ ਨੇ ਬਹੁਤ ਪਰੇਸ਼ਾਨ ਕੀਤਾ ਹੈ। ਠੀਕ ਹੈ। ਬਹੁਤ ਜ਼ਿਆਦਾ ਤੰਗ ਕੀਤਾ ਹੈ ਅਤੇ ਖੁਦਾ ਦਾ ਵਾਸਤਾ ਪਾਉਂਦਾ ਹੈ ਕਿ ਮੈਨੂੰ ਕੁਛ ਖਾਣ ਲੱਗੇ। ਰਾਂਝੇ ਰੁੱਗ ਭਰ ਕੇ ਚੂਰੀ ਚਾਹ ਦਿੱਤੀ, ਉਹ ਜਿਹੜੀ ਹੀਰ ਨੇ ਚੂਰੀ ਲਿਆਂਦੀ ਸੀਗੀ ਉਹ ਰਾਂਝੇ ਨੇ ਪੂਰੀ ਰੁੱਗ ਭਰ ਕੇ, ਰੁੱਗ ਦਾ ਮਤਲਬ ਹੁੰਦਾ ਪੂਰਾ ਫੁੱਲ ਵਿਦ ਫੁੱਲ ਹੈਂਡ। ਠੀਕ ਹੈ। ਰੁੱਗ ਭਰ ਕੇ ਯਾਨੀ ਬੜੀ ਉਹਨੇ ਕਾਫੀ ਸਾਰੀ ਉਹਨੂੰ ਚੂਰੀ ਦੇ ਦਿੱਤੀ ਲੈ ਕੇ ਤੁਰਤ ਹੀ ਪਿੰਡ ਨੂੰ ਧਾਮਦਾ, ਅਤੇ ਜਿਹੜਾ ਕੈਦੋ ਹੈ ਉਹਨੂੰ ਲੈ ਕੇ ਚੂਰੀ ਨੂੰ ਧਾਮਦਾ ਦਾ ਮਤਲਬ ਜਲਦੀ ਜਲਦੀ ਚੱਲਣਾ, ਆਪਣਾ ਛੇਤੀ ਛੇਤੀ ਟੁਰਨ ਲੱਗ ਪਿਆ। ਠੀਕ ਹੈ। ਰਾਂਝਾ ਹੀਰ ਨੂੰ ਪੁੱਛਦਾ ਕੌਣ ਲੰਘਾ ਹੀਰੇ ਕੌਣ ਫਕੀਰ ਕਿਸ ਥਾਂ ਦਾ। ਜਦੋਂ ਹੀਰ ਵਾਪਸ ਆਈ ਤੇ ਰਾਂਝੇ ਨੇ ਉਹਨੂੰ ਪੁੱਛਿਆ ਹੀਰ ਨੂੰ ਕਿ ਇਹ ਲੰਘਾ ਲੰਗੜਾ ਜਿਹੜਾ ਹੈ ਇਹ ਕੌਣ ਹੈ ਤੇ ਕਿੱਥੋਂ ਦਾ ਹੈ, ਫਕੀਰ ਕਿਹੜੇ ਥਾਂ ਦਾ। ਵਾਰਿਸ ਸ਼ਾਹ ਮੀਆਂ ਜਿਵੇਂ ਪੁੱਛ ਕੇ ਤੇ ਕੋਈ ਉੱਪਰੋਂ ਲੂਣ ਚਾ ਲਾਉਂਦਾ, ਮਤਲਬ ਇਹਦਾ ਮਤਲਬ ਇਹ ਹੈ ਕਿ ਹੀਰ ਰਾਂਝੇ ਦਾ ਇਹ ਪੁੱਛਣਾ ਜਿਹੜਾ ਸੀ ਹੀਰ ਨੂੰ ਉਹ ਵਾਰਿਸ ਸ਼ਾਹ ਕਹਿੰਦਾ ਉਹ ਇਵੇਂ ਸੀ ਜਿਵੇਂ ਕੋਈ ਜ਼ਖਮ ਲਾ ਕੇ ਪਹਿਲੇ ਅਤੇ ਉਹਦੇ ਉੱਤੇ ਨਮਕ ਛਿੜਕਦਾ। ਠੀਕ ਹੈ। ਮਤਲਬ ਇਹ ਹੈ ਕਿ ਇਹ ਬੜੀ ਮਤਲਬ ਬਹੁਤ ਹੀ ਤਕਲੀਫ ਵਾਲੀ ਗੱਲ ਸੀ। ਠੀਕ ਹੈ। ਲਓ ਜੀ, ਅੱਛਾ ਉੱਥੋਂ ਜਦੋਂ ਉਹ ਚੂਰੀ ਜਿਹੜੀ ਹੈ ਮੈਂ ਦੱਸ ਦਿੰਦਾ ਕਿ ਚੂਰੀ ਲੈ ਕੇ ਉਹ ਵਾਪਸ ਜਾਂਦਾ ਹੈ ਅਤੇ ਹੀਰ ਉਹਦੇ ਪਿੱਛੇ ਨੱਸਦੀ ਹੈ ਅਤੇ ਹੀਰ ਜਿਹੜੀ ਹੈ ਉਹਨੂੰ ਢਾ ਲੈਂਦੀ ਹੈ ਕੈਦੋ ਨੂੰ, ਕੈਦੋ ਨੂੰ ਅਤੇ ਉਹਦੇ ਕੋਲੋਂ ਚੂਰੀ ਖੋਹਣ ਦੀ ਕੋਸ਼ਿਸ਼ ਕਰਦੀ ਹੈ ਅਤੇ ਉਹ ਕੁਛ ਡੁੱਲ ਜਾਂਦੀ ਹੈ ਅਤੇ ਕੁਛ ਜਿਹੜੀ ਥੋੜ੍ਹੀ ਬਹੁਤ ਬਚਦੀ ਹੈ ਨਾ ਉਹ ਲੈ ਕੇ ਉਹ ਪਿੰਡ ਚਲਾ ਜਾਂਦਾ। ਅੱਛਾ। ਠੀਕ। ਕੈਦੋ ਦਾ ਅਤੇ ਹੀਰ ਦਾ ਕੀ ਤਾਲੁਕ ਹੈ ਆਪਸ ਚ? ਕੈਦੋ ਜਿਹੜਾ ਹੈ ਉਹ ਹੀਰ ਦਾ ਚਾਚਾ ਲੱਗਦਾ, ਚਾਚਾ ਲੱਗਦਾ। ਮੇਰਾ ਆਪਣਾ ਖਿਆਲ ਹੈ ਕਿ ਜ਼ਰੂਰੀ ਨਹੀਂ ਹੈ ਕਿ ਉਹਦਾ ਸਕਾ ਚਾਚਾ ਹੋਵੇ। ਅੱਛਾ। ਕਿਉਂਕਿ ਪਿੰਡ ਵਿੱਚ ਤੁਹਾਨੂੰ ਪਤਾ ਹੈ ਕਿ ਹਰ ਕੋਈ ਜਿਹੜਾ ਨਾ ਭਾਵੇਂ ਕੋਈ ਕਮੀ ਵੀ ਹੋਵੇ ਜੀ, ਭਾਵੇਂ ਕੋਈ ਛੋਟਾ ਬੰਦਾ ਵੀ ਹੋਵੇ
ਤੇ ਉਹਨੂੰ ਚਾਚਾ ਮਾਮਾ ਚਾਚੀ ਤਾਈ ਇਸ ਤਰ੍ਹਾਂ ਬੁਲਾਇਆ ਜਾਂਦਾ ਹੈ। ਠੀਕ ਹੈ। ਤੇ ਵੈਸੇ ਤੇ ਦਿਖਿਆ ਕਿ ਚਾਚਾ ਸੀਗਾ ਉਹ, ਲੇਕਿਨ ਮੇਰਾ ਆਪਣਾ ਖਿਆਲ ਹੈ ਕਿ ਜੋ ਚਾਚਾ ਹੁੰਦਾ ਤੇ ਜੇ ਉਹਦਾ ਪਿਓ ਏਡਾ ਵੱਡਾ ਜਾਗੀਰਦਾਰ ਸੀ ਤੇ ਇਹ ਵੀ ਕੋਈ ਵੱਡਾ ਜ਼ਿਮੀਦਾਰ ਹੁੰਦਾ, ਪਰ ਇਹ ਤੇ ਜਾ ਕੇ ਬਾਹਰ ਕੁੱਲੀ ਪਾ ਕੇ ਝੌਂਪੜੀ ਪਾ ਕੇ ਪਿੰਡੋਂ ਬਾਹਰ ਰਹਿ ਰਿਹਾ। ਤੇ ਇਸ ਵਾਸਤੇ ਮੇਰਾ ਖਿਆਲ ਹੈ ਕਿ ਇਹ ਸਕਾ ਚਾਚਾ ਚ ਨਹੀਂ ਹੋਏਗਾ। ਇਹ ਵੈਸੇ ਤੌਰ ਤੇ ਜਿਵੇਂ ਪਿੰਡਾਂ ਚ ਕਿਸੇ ਨੂੰ ਕਿਸੇ ਰਿਸ਼ਤੇ ਨਾਲ ਬੁਲਾਇਆ ਜਾਂਦਾ ਹੈ, ਉਹਨੂੰ ਬੁਲਾਇਆ ਜਾਂਦਾ। ਇੱਥੇ ਮੈਂ ਇਹ ਵੀ ਤੁਹਾਨੂੰ ਦੱਸਦਾ ਕਿ ਇਹ ਕੈਦੋ ਜਿਹੜਾ ਨਾ ਇਹਦਾ ਕਰੈਕਟਰ ਬੜਾ ਡਰਾਮੇ ਵਿੱਚ ਬੜਾ ਅਜੀਬ ਸੋਹਣਾ ਲੱਗਦਾ। ਅੱਛਾ। ਫਿਲਮਾਂ ਦੇ ਵਿੱਚ ਵੀ ਜਿਹੜਾ ਆਇਆ ਕਰੈਕਟਰ ਔਰ ਡਰਾਮਿਆਂ ਵਿੱਚ ਵੀ ਬੜਾ ਕਰੈਕਟਰ ਆਇਆ ਹੈ, ਉਹ ਸਾਰਾ ਜਿਹੜਾ ਇਲਜ਼ਾਮ ਹੈ ਦੋਵਾਂ ਦੇ ਇਸ਼ਕ ਨੂੰ ਖਰਾਬ ਕਰਨ ਦਾ ਉਹ ਕੈਦੋ ਤੇ ਲਾਇਆ ਜਾਂਦਾ। ਇਹਦਾ ਨੈਗੇਟਿਵ ਰੋਲ ਹੈ, ਇਹਦਾ ਨੈਗੇਟਿਵ ਰੋਲ ਮਤਲਬ ਉਹ ਉਹਦੀ ਵਜ੍ਹਾ ਤੋਂ ਉਹਨਾਂ ਦਾ ਬਿਲਕੁਲ ਖਰਾਬ ਹੋਇਆ। ਠੀਕ ਹੈ। ਪਰ ਮੈਂ ਇਹ ਸਮਝਣਾ ਕਿ ਇਹ ਤੇ ਡਰਾਮਾ, ਅਸਲ ਗੱਲ ਤੇ ਇਹ ਹੈਗੀ ਹੈ ਕਿ ਉਹ ਪਿੰਡ ਦੇ ਵੱਡੇ ਸਭ ਤੋਂ ਚੌਧਰੀ ਨੇ ਜੀ, ਹੀਰ ਦੇ ਜਿਹੜੇ ਮਾਂ ਪਿਓ ਨੇ ਬਿਲਕੁਲ, ਔਰ ਹੀਰ ਦਾ ਜਿਹੜਾ ਖਾਨਦਾਨ ਹੈ ਉਹ ਸਭ ਤੋਂ ਵੱਡੇ ਚੌਧਰੀ ਨੇ, ਉਹ ਇੱਕ ਛੋਟੇ ਜਿਹੇ ਮੁਲਾਜ਼ਮ ਨੂੰ ਧੀ ਦਾ ਰਿਸ਼ਤਾ ਕਿਵੇਂ ਦੇ ਸਕਦੇ ਨੇ? ਉਹ ਦੇ ਹੀ ਨਹੀਂ ਸਕਦੇ, ਦੇ ਨਹੀਂ ਸਕਦੇ ਬਿਲਕੁਲ, ਰਿਗਾਰਡਲੈਸ ਕੈਦੋ ਦੇ ਰੋਲ ਦੇ, ਰਿਗਾਰਡਲੈਸ ਕੈਦੋ ਦੌਰ ਤੇ ਕੈਦੋ ਨਾ ਵੀ ਹੁੰਦਾ ਤਾਂ ਵੀ ਨਹੀਂ ਸੀ ਦੇਣਾ ਉਹਨਾਂ, ਹੁਣ ਕਿਹੜਾ ਉਹ ਦੇ ਦਿੰਦਾ ਆਪਣੇ ਨਹੀਂ ਦਿੰਦਾ ਆਪਣੀ ਧੀ ਦੇ ਦਿੰਦਾ। ਹਾਂਜੀ ਬੜੋ ਅੱਗੇ। ਠੀਕ ਹੈ। ਅੱਧੀ ਡੁੱਲ ਪਈ ਅੱਧੀ ਖੋ ਲਈ, ਚੁੰਨ ਮੇਲ ਕੇ ਪਰੇ ਵਿੱਚ ਲਿਆਉਂਦਾ ਈ, ਕਿਹਾ ਮਨ ਦੇ ਨਹੀਂ ਸੋ ਮੂਲ ਮੇਰਾ, ਚੂਰੀ ਪੱਲਿਓ ਖੋਲ ਵਿਖਾਉਂਦਾ ਈ, ਨਹੀਂ ਚੂਚ ਕੇ ਨੂੰ ਕੋਈ ਮਤ ਦੇਂਦਾ, ਨੱਠੀ ਮਾਰ ਕੇ ਨਹੀਂ ਸਮਝਾਉਂਦਾ ਈ, ਚਾਕ ਨਾਲ ਅਕਲੜੀ ਜਾਏ ਵੇਲੇ, ਅੱਜ ਕੱਲ ਕੋਈ ਲੀਕ ਲਾਉਂਦਾ ਈ, ਜਿਸ ਵੇਲੜੇ ਮਹਿਰ ਨੇ ਚਾਕ ਰੱਖਿਆ ਉਸ ਵੇਲੜੇ ਨੂੰ ਪਛਤਾਉਂਦਾ ਈ। ਹਾਂਜੀ, ਇਹਦਾ ਮਤਲਬ ਹੈ ਕਿ ਇਹ ਪਹਿਲੀ ਜਿਹੜੀ ਲਾਈਨ ਹੈ, ਇਹ ਤੋਂ ਲੱਗਦਾ ਹੈ ਕਿ ਜਦੋਂ ਹੀਰ ਨੇ ਉਹਨੂੰ ਜਾ ਕੇ ਤੇ ਢਾਇਆ ਜੀ ਤੇ ਅੱਧੀ ਡੁੱਲ ਪਈ, ਚੂਰੀ ਜਿਹੜੀ ਸੀ ਅੱਧੀ ਡੁੱਲ ਪਈ, ਖਿਲਰ ਗਈ, ਅੱਧੀ ਖੋ ਲਈ। ਠੀਕ ਹੈ। ਕੁਛ ਹੀਰ ਨੇ ਖੋ ਲਈ ਉਹਦੇ ਕੋਲੋਂ, ਚੁਣ ਮੇਲ ਕੇ ਪਰੇ ਵਿੱਚ ਜਾਂਦੇ, ਬਾਕੀ ਜਿਹੜੀ ਥੋੜੀ ਬਹੁਤ ਬਚੀ ਸੀਗੀ ਜੀ ਜੀ ਉਹਨੂੰ ਉਹ ਕੁਲੈਕਟ ਕਰਕੇ ਚੁਣ ਕੇ ਤੇ ਕੈਦੋ ਜਿਹੜਾ ਹੈ ਉਹ ਪਰਿਆ ਵਿੱਚ ਲੈ ਜਾਂਦਾ। ਤੁਸੀਂ ਮੇਰਾ ਕਿਹਾ ਨੀ ਸੀ ਨਾ ਮੰਨਦੇ, ਕਿਹਾ ਮਨ ਦੇ ਨਹੀਂ ਸੋ ਮੂਲ ਮੇਰਾ, ਮੂਲ ਤੋਂ ਹਰਗਿਸ ਮੇਰੀ ਗੱਲ ਨੂੰ ਤੁਸੀਂ ਬਿਲਕੁਲ ਬੁੱਢੋ ਮੰਨਦੇ ਹੀ ਨਹੀਂ ਸੋ, ਚੂਰੀ ਪੱਲਿਓ ਖੋਲ ਵਿਖਾ, ਫਿਰ ਉਹ ਪੱਲਿਓ ਆਪਣੀ ਚੂਰੀ ਖੋਲ ਕੇ ਵਿਖਾਉਂਦਾ ਕਿ ਇਹ ਦੇਖ ਦੇਖੋ ਇਹ ਸਬੂਤ ਜੇ ਕਿ ਇਹ ਜਿਹੜਾ ਹੀਰ ਤੇ ਰਾਂਝੇ ਦਾ ਤਲਕ ਹੈ ਇਹ ਕਿਸ ਤਰ੍ਹਾਂ ਦਾ। ਠੀਕ ਹੈ। ਮਤਲਬ ਇਹ ਹੈ ਕਿ ਚੂਰੀ ਜਿਹੜੀ ਹੈ ਉਹ ਕੋਈ ਨੌਕਰਾਣੀ ਤੇ ਲੈ ਕੇ ਜਾਂਦਾ ਨਹੀਂ ਹੈ, ਨੌਕਰਾਂ ਲਈ ਕੋਈ ਕੁੜੀ ਚੂਰੀ ਤੇ ਨਾ ਲੈ ਕੇ ਜਾਂਦੀ, ਤੇ ਉਹ ਜਿਹੜੀ ਚੂਰੀ ਤੇ ਇੱਡੀ ਜ਼ਬਰਦਸਤ ਚੀਜ਼ ਲੈ ਕੇ ਗਈ ਹੈ ਇਹਦਾ ਮਤਲਬ ਹੈ ਕਿ ਇਹ ਕੋਈ ਹੋਰ ਰਿਸ਼ਤਾ। ਠੀਕ ਹੈ। ਨਹੀਂ ਚੂਸਕੇ ਨੂੰ ਕੋਈ ਮਤ ਦਿੰਦਾ ਜੀ, ਚੂਸਕ ਜਿਹੜਾ ਹੈ ਉਹ ਹੀਰ ਦੇ ਪਿਓ ਦਾ ਨਾਂ ਹੈ ਜਿਹੜੇ ਚੋਈ ਸਾਹਿਬ ਨੇ, ਨਹੀਂ ਚੂਸਕੇ ਨੂੰ ਕੋਈ ਮਤ ਦਿੰਦਾ, ਇਸ ਚੂਚਕ ਨੂੰ ਯਾਨੀ ਚੂਚਕ ਨੂੰ ਕੋਈ ਸਮਝਾਉਂਦਾ ਨਹੀਂ ਹੈ, ਮਤ ਦੇਣ ਦਾ ਮਤਲਬ ਸਮਝਾਉਂਦਾ ਨਹੀਂ ਹੈ, ਵੱਡੀ ਮਾਰ ਕੇ ਨਹੀਂ ਸਮਝਾਉਂਦਾ ਤੇ ਆਪਣੀ ਕੁੜੀ ਨੂੰ ਮਾਰ ਕੇ ਸਮਝਾਉਂਦਾ ਨਹੀਂ ਹੈ, ਮਤਲਬ ਉਹਨੂੰ ਹਿੱਟ ਕਰਕੇ। ਬਿਲਕੁਲ। ਨੱਡੀ ਦਾ ਮਤਲਬ ਕੀ ਹੈ ਡਾਕਟਰ ਸਾਹਿਬ? ਨੱਡੀ ਦਾ ਮਤਲਬ ਜਵਾਨ ਕੁੜੀ, ਜਵਾਨ ਲੜਕੀ, ਇੱਥੇ ਮਤਲਬ ਹੈ ਉਹਦੀ ਧੀ। ਠੀਕ ਹੈ। ਬਿਲਕੁਲ। ਹੀਰ ਹੀਰ ਤੋਂ ਹੀਰ ਤੋਂ। ਹਾਂਜੀ। ਚਾਕ ਨਾਲ ਅਕਲੜੀ ਜਾਏ ਵੇਲੇ, ਅੱਜ ਕੱਲ ਕੋਈ ਲੀਕ ਲਾਉਂਦਾ, ਇਹ ਚਾਕ ਜਿਹੜਾ ਹੈ ਜਿਹੜਾ ਨੌਕਰ ਹੈ ਇਹਦੇ ਨਾਲ ਕੱਲੀ ਇਹ ਜੰਗਲ ਵੱਲ ਜਾਂਦੀ ਹੈ, ਵੇਲੇ ਵਿੱਚ ਜਾਂਦੀ ਹੈ। ਠੀਕ ਹੈ। ਜੰਗਲ ਵਿੱਚ ਜਾਂਦੀ ਹੈ, ਅੱਜ ਕੱਲ ਕੋਈ ਲੀਕ ਲਾਉਂਦਾ, ਅੱਜ ਕੱਲ ਹੀ ਕੋਈ ਜਿਹੜਾ ਹੈ ਉਹ ਇਹਦੇ ਕਰੈਕਟਰ ਦੇ ਉੱਤੇ ਇਹਦੇ ਕਿਰਦਾਰ ਦੇ ਉੱਤੇ ਲੀਕ ਲਾਏਗਾ, ਲੀਕ ਲਾਉਣ ਦਾ ਮਤਲਬ ਹੈ ਕਿ ਸਪਾਟ ਲਾਏਗਾ, ਇਹਨੂੰ ਬਦਨਾਮ ਕਰੇਗਾ, ਬਦਨਾਮੀ ਦਾ ਵਜ੍ਹਾ ਬਣੇਗੀ। ਬਿਲਕੁਲ। ਜਿਸ ਵੇਲੜੇ ਮਹਿਰ ਨੇ ਚਾਕ ਰੱਖਿਆ ਉਸ ਵੇਲੜੇ ਨੂੰ ਪਛਤਾਉਂਦਾ,
ਇਹਦਾ ਮਤਲਬ ਹੈ ਕਿ ਜਿਸ ਵੇਲੇ ਮਹਿਰ ਨੇ ਯਾਨੀ ਚੂਚਕ ਨੇ ਜੀ ਜੀ ਉਸਨੂੰ ਨੌਕਰ ਰੱਖਿਆ ਸੀ ਜੀ ਜੀ ਯਾਨੀ ਉਹਨੂੰ ਆਪਣਾ ਰਾਂਝੇ ਨੂੰ ਜੀ ਉਸ ਵੇਲੇ ਨੂੰ ਪਛਤਾ ਰਿਹਾ ਕਿ ਮੈਂ ਕਿਉਂ ਉਹਨੂੰ ਆਪਣਾ ਨੌਕਰ ਰੱਖ ਲਿਆ ਸੀ ਬਿਲਕੁਲ ਤੇ ਅੱਗੇ ਪੜ੍ਹੋ ਜੀ ਮਾਂ ਹੀਰ ਦੀ ਤੇ ਲੋਕ ਕਰਨ ਚੁਗਲੀ ਤੇਰੇ ਮਲੇਕੇ ਧੀਰ ਤੇਰੀ ਮਲਕੀਏ ਤੇਰੀ ਮਲਕੀਏ ਧੀਰ ਖਰਾਬ ਹੈ ਨੀ ਅਸੀਂ ਮਾਸੀਆਂ ਫੁੱਪੀਆਂ ਲਜ ਮੋਈਆਂ ਸਾਡਾ ਅੰਦਰੋਂ ਜੀਵ ਕਬਾਬ ਹੈ ਨੀ ਸ਼ਮਸੁਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੋਕ ਧੀ ਧੀਉ ਦਾ ਵਿਆਹ ਸਵਾਬ ਹੈ ਨੀ ਚਾਕ ਨਾਲ ਅਕਲਿਆਂ ਜਾਨ ਧੀਆਂ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ ਤੇਰੀ ਧੀ ਦਾ ਮਗਜ਼ ਹੈ ਬੇਗਮਾਂ ਦਾ ਵੇਖੋ ਚਾਕ ਜਿਵੇਂ ਫਿਰੇ ਨਵਾਬ ਹੈ ਨੀ ਵਾਰਿਸ ਸ਼ਾਹ ਮੂੰਹ ਉਂਗਲੀਆਂ ਲੋਕ ਖਤਨ ਧੀਓ ਮਲਕੀ ਦੀ ਪੁੱਜ ਖਰਾਬ ਹੈ ਨੀ ਹਾਂਜੀ ਮਤਲਬ ਇਸ ਬੰਦ ਦੇ ਵਿੱਚ ਜੀ ਇਹ ਵਾਰਿਸ ਸ਼ਾਹ ਕਹਿ ਰਿਹਾ ਹੈ ਕਿ ਸਿਰਫ ਕੈਦੋ ਨਹੀਂ ਜਾ ਕੇ ਪਰਿਆ ਵਿੱਚ ਉਹਨਾਂ ਦੀ ਬਦਨਾਮੀ ਨਹੀਂ ਕੀਤੀ ਹੀਰ ਤੇ ਰਾਂਝੇ ਦੀ ਠੀਕ ਹੈ ਬਲਕਿ ਹੋਰ ਲੋਕੀ ਵੀ ਆ ਕੇ ਹੀਰ ਦੀ ਮਾਂ ਨੂੰ ਕਹਿੰਦੇ ਨੇ ਮਾਂ ਹੀਰ ਦੀ ਤੇ ਲੋਕ ਕਰਨ ਚੁਗਲੀ ਯਾਨੀ ਹੀਰ ਦੀ ਮਾਂ ਤੇ ਲੋਕੀ ਆ ਕੇ ਚੁਗਲੀਆਂ ਕਰਦੇ ਨੇ ਠੀਕ ਹੈ ਉਹਦੇ ਉਹਨੂੰ ਦੱਸਦੇ ਨੇ ਤੇਰੀ ਮਲਕੀਏ ਥਿਊ ਖਰਾਬ ਹੈ ਨੀ ਮਲਕੀ ਉਹਦੀ ਮਾਂ ਦਾ ਨਾਂ ਹੈ ਹੀਰ ਦੀ ਮਾਂ ਦਾ ਨਾਮ ਹੀਰ ਦਾ ਨਾਮ ਮਲਕੀ ਹੈ ਠੀਕ ਹੈ ਤੁਹਾਨੂੰ ਕਹਿੰਦੇ ਨੇ ਮਲਕੀਏ ਤੇਰੀ ਧੀ ਜਿਹੜੀ ਹੈ ਉਹਦਾ ਕਰੈਕਟਰ ਖਰਾਬ ਹੈ ਅਸੀਂ ਮਾਸੀਆਂ ਫੁੱਫੀਆਂ ਲੱਜ ਮੋਈਆਂ ਜੀ ਮਤਲਬ ਅਸੀਂ ਮਾਸੀਆਂ ਜਿਹੜੀ ਮਾਂ ਦੀ ਭੈਣ ਹੁੰਦੀ ਫੁੱਫੀਆਂ ਜਿਹੜੀ ਪਿਓ ਦੀ ਭੈਣ ਹੁੰਦੀ ਹੈ ਅਸੀਂ ਮਾਸੀਆਂ ਫੁੱਫੀਆਂ ਲੱਜ ਮੋਈਆਂ ਅਸੀਂ ਇਹਦੀਆਂ ਜਿਹੜੀਆਂ ਮਾਸੀਆਂ ਤੇ ਫੁੱਫੀਆਂ ਜੀ ਜੀ ਅਸੀਂ ਬੇਇੱਜ਼ਤ ਹੋ ਗਈਆਂ ਲੱਜ ਮੋਈਆਂ ਸ਼ਰਮ ਨਾਲ ਹੀ ਮਰ ਗਈਆਂ ਓ ਅੱਛਾ ਲੱਜ ਮੋਈਆਂ ਸਾਡਾ ਅੰਦਰੋਂ ਜੂ ਕਬਾਬ ਹੈ ਤੇ ਸਾਡਾ ਜਿਹੜਾ ਦਿਲ ਅੰਦਰੋਂ ਉਹ ਸੜ ਕੇ ਸਵਾਹ ਹੋ ਗਿਆ ਸੜ ਕੇ ਕਬਾਬ ਹੋ ਗਿਆ ਠੀਕ ਹੈ ਸ਼ਮਸਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੋਕ ਜੀਉ ਦਾ ਵਿਆਹ ਸਵਾਬ ਹੈ ਜਿਹੜਾ ਕਾਜ਼ੀ ਹੈ ਸ਼ਮਸਦੀਨ ਉਸਦਾ ਵੈਸੇ ਵਾਰਿਸ ਸ਼ਾਹ ਨੂੰ ਉਹਦਾ ਨਾਂ ਦੇ ਦਿੱਤਾ ਠੀਕ ਉਹ ਰੋਜ਼ ਮਸਲੇ ਕੱਢਦਾ ਹੈ ਰੋਜ਼ ਬਿਆਨ ਕੱਢਦਾ ਹੈ ਕਿ ਜਿਹੜੀ ਸ਼ੋਕ ਧੀ ਹੋਵੇ ਚੰਚਲ ਧੀ ਜਿਹੜੀ ਹੋਵੇ ਉਹਦਾ ਵਿਆਹ ਕਰਨਾ ਸਵਾਬ ਦਾ ਕੰਮ ਹੈ ਠੀਕ ਹੈ ਬਲੈਸਿੰਗ ਹੈ ਚਾਕ ਨਾਲ ਇਕੱਲੀਆਂ ਜਾਣ ਧੀਆਂ ਹੋਇਆ ਮਾਪਿਆਂ ਦੁਰੋਂ ਜਵਾਬ ਹੈ ਨੀ ਮਤਲਬ ਜੇ ਚਾਕ ਜੇ ਨੌਕਰਾਂ ਦੇ ਨਾਲ ਧੀਆਂ ਇਕੱਲੀਆਂ ਜਾਣ ਬਾਹਰ ਵੇਲੇ ਵਿੱਚ ਜਾਣ ਬਿਲਕੁਲ ਤੇ ਮਾਪਿਆਂ ਨੂੰ ਦੁਰੋਂ ਮਤਲਬ ਬਿਲਕੁਲ ਹੀ ਅੱਛਾ ਬੁਨਿਆਦੀ ਤੌਰ ਤੇ ਉਹਨਾਂ ਨੂੰ ਜਵਾਬ ਮਿਲ ਗਿਆ ਜਵਾਬ ਮਿਲ ਗਿਆ ਤਾਂ ਮਤਲਬ ਉਹਨਾਂ ਦੀ ਨਹੀਂ ਮੰਨੀ ਜਾਏਗੀ ਅੱਛਾ ਉਹ ਕਰਨਗੀਆਂ ਜੋ ਉਹ ਨਹੀਂ ਚਾਹੁੰਦੇ ਠੀਕ ਹੈ ਤੇਰੀ ਧੀ ਦਾ ਮਗਜ਼ ਹੈ ਬੇਗਮਾਂ ਦਾ ਦਿਮਾਗ ਮਤਲਬ ਬਿਲਕੁਲ ਉਹਨੂੰ ਤਾਨ ਦਿੰਦੀਆਂ ਨੇ ਕਿ ਬਈ ਤੇਰੀ ਜਿਹੜੀ ਧੀ ਹੈ ਨਾ ਹੀਰ ਉਹਦਾ ਜਿਹੜਾ ਦਿਮਾਗ ਹੈ ਉਹ ਬੇਗਮਾਂ ਵਰਗਾ ਹੈ ਵੱਡੀਆਂ ਬਾਦਸ਼ਾਹਾਂ ਦੀਆਂ ਜਿਹੜੀਆਂ ਬੀਵੀਆਂ ਨੇ ਉਹਨਾਂ ਵਰਗਾ ਅੱਛਾ ਯਾਨੀ ਇਸ ਤਰ੍ਹਾਂ ਉਹ ਬਿਹੇਵ ਕਰਦੀ ਹੈ ਉਸ ਇਸ ਤਰ੍ਹਾਂ ਉਹ ਕੰਮ ਸੋਚਦੀ ਹੈ ਠੀਕ ਹੈ ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਜੀ ਤੇ ਚਾਕ ਜਿਹੜਾ ਹੈ ਜਿਹੜਾ ਨੌਕਰ ਹੈ ਉਹ ਇੰਜ ਫਿਰਦਾ ਹੈ ਆਲੇ ਦੁਆਲੇ ਜਿਵੇਂ ਕਿ ਉਹ ਨਵਾਬ ਹੋਵੇ ਕੋਈ ਉਹ ਰਾਂਝੇ ਨੂੰ ਰਾਂਝੇ ਨੂੰ ਕਹਿ ਰਹੀਆਂ ਨੇ ਮਤਲਬ ਇਹ ਹੈ ਕਿ ਬਜਾਏ ਜੇ ਕੋਈ ਨੌਕਰਾਂ ਵਾਂਗੂ ਲੱਗੇ ਉਹ ਇਵੇਂ ਫਿਰਦਾ ਹੈ ਜਿਵੇਂ ਕਿ ਕੋਈ ਨਵਾਬ ਫਿਰ ਯਾਨੀ ਤੇਰੀ ਬੇਟੀ ਤੇ ਉਹ ਰਾਂਝਾ ਉਹ ਦੋਨੋਂ ਇਸ ਤਰ੍ਹਾਂ ਬਿਹੇਵ ਕਰੇ ਸਾ ਰਾਇਲ ਫੈਮਿਲੀਜ਼ ਨੇ ਰਾਇਲ ਫੈਮਿਲੀ ਠੀਕ ਠੀਕ ਵਾਰਿਸ਼ਾ ਮੂੰਹ ਉਂਗਲੀਆਂ ਲੋਕ ਘੱਤਣ ਵਾਰਿਸ਼ਾ ਲੋਕੀ ਜਿਹੜੇ ਨੇ ਮੂੰਹ ਚ ਉਂਗਲੀਆਂ ਪਾ ਰਹੇ ਨੇ ਮਤਲਬ ਇਹ ਹੈ ਮੂੰਹ ਚ ਉਂਗਲੀ ਘੱਤਣ ਦਾ ਮਤਲਬ ਬਹੁਤ ਹੈਰਾਨ ਹੋ ਰਹੇ ਠੀਕ ਬਹੁਤ ਹੈਰਾਨ ਹੋ ਰਹੇ ਨੇ ਜੂ ਮਲਕੀ ਦੀ ਪੁੱਜ ਖਰਾਬ ਹੈ ਯਾਨੀ ਜਿਹੜੀ ਮਲਕੀ ਦੀ ਧੀ ਹੈ ਜੀ ਉਹ ਪੁੱਜ ਕੇ ਖਰਾਬ ਰੋਕਦੀ ਹੈ ਔਰ ਕਹਿੰਦੀ ਹੈ ਕਿ ਤੂੰ ਇਹ ਬੁਰੇ ਕੰਮ ਹੈ ਤੂੰ ਨਾ ਕਰਿਆ ਕਰ ਤੇ ਉਹ ਲੰਮਾ ਡਾਇਲਾਗ ਹੈ ਤੇ ਇਹ ਅੱਗੋਂ ਹੀਰ ਨੂੰ ਇਹ ਜਵਾਬ ਦਿੰਦੀ ਹੈ
ਮਾਇ ਰੱਬ ਨੇ ਚਾਕ ਘਰ ਖਲਿਆ ਸੀ ਤੇਰੇ ਹੋਣ ਨਸੀਬ ਜੇ ਥੁਰੋਂ ਚੰਗੇ ਐਵੇਂ ਜਿਹੇ ਇਹੋ ਜਿਹੇ ਆਦਮੀ ਹੱਥ ਆਵਣ ਸਾਰੋ ਮੁਲਕ ਹੀ ਰੱਬ ਥੀ ਦੁਆ ਮੰਗੇ ਜਿਹੜੇ ਰੱਬ ਕੀਤੇ ਕੰਮ ਹੋ ਰਹੇ ਸਾਨੂੰ ਮਾਂ ਕਿਉਂ ਗੈਬ ਦੇ ਪੰਗੇ ਕੁੱਲ ਸਿਆਣੀਆਂ ਮੁਲਕ ਨੂੰ ਮਤ ਦਿੱਤੀ ਤੇਗ ਮਹਿਰਿਆਂ ਇਸ਼ਕ ਨਾ ਕਰੋ ਨੰਗੇ ਨਹੀਂ ਛੇੜੇ ਰੱਬ ਦੇ ਨਹੀਂ ਛੇੜੀਏ ਰੱਬ ਦੇ ਪੂਰੀਆਂ ਨੂੰ ਜਿਨ੍ਹਾਂ ਕੱਪੜੇ ਖਾਕ ਦੇ ਵਿੱਚ ਰੰਗੇ ਜਿਨ੍ਹਾਂ ਇਸ਼ਕ ਦੇ ਮਾਮਲੇ ਸਰੀ ਚਾਏ ਸਿਰੀ ਚਾਏ ਵਾਰਿਸ ਸ਼ਾਹ ਨਾ ਕਿਸੇ ਥੋਂ ਰਹਿਣ ਸੰਗੇ ਹਾਂਜੀ ਮਾਏ ਰੱਬ ਨੇ ਹੀਰ ਕਹਿੰਦੀ ਹੈ ਉਹ ਮਾਂ ਦੇ ਜਿਹੜੇ ਸਾਰੇ ਇਤਰਾਜ਼ ਮਾਂ ਕਰਦੀ ਹੈ ਹਰ ਤਰ੍ਹਾਂ ਦਾ ਇਤਰਾਜ਼ ਕਰਦੀ ਹੈ ਠੀਕ ਹੈ ਤੇ ਉਹਦੇ ਜਵਾਬ ਵਿੱਚ ਕਹਿੰਦੀ ਹੈ ਮਾਏ ਰੱਬ ਨੇ ਚਾਹ ਘਰ ਘੱਲਿਆ ਸੀ ਇਹ ਮਾਂ ਮੇਰੀ ਮਾਏ ਇਹ ਜਿਹੜਾ ਚਾਕ ਸੀ ਨੌਕਰ ਜਿਹੜਾ ਨੌਕਰ ਸੀ ਇਹ ਰੱਬ ਦੀ ਦੇਣ ਸੀ ਇਹ ਰੱਬ ਦੀ ਵੱਲੋਂ ਆਇਆ ਸੀ ਇਹ ਰੱਬ ਦਾ ਘੱਲਿਆ ਹੋਇਆ ਸੀ ਤੇਰੇ ਹੋਣ ਨਸੀਬ ਜੇ ਦੁਰੋਂ ਚੰਗੇ ਦੁਰੋਂ ਦਾ ਮਤਲਬ ਹੈ ਇਬਤਦਾ ਤੋਂ ਅੱਛਾ ਬੁਨਿਆਦੀ ਤੌਰ ਤੇ ਬੁਨਿਆਦੀ ਤੌਰ ਠੀਕ ਮਤਲਬ ਇਹ ਜੇ ਤੇਰੇ ਨਸੀਬ ਚੰਗੇ ਸਨ ਤੇ ਤਾਂ ਇਹ ਇਹੋ ਜਿਹਾ ਚਾਕ ਤੇਰੇ ਘਰ ਘੱਲਿਆ ਸੀ ਇਹੋ ਜਿਹੇ ਜੇ ਆਦਮੀ ਹੱਥ ਆਵਣ ਸਾਰਾ ਮੁਲਕ ਹੀ ਰੱਬ ਦੀ ਦੁਆ ਮੰਗੇ ਸਾਰਾ ਮੁਲਕ ਹੀ ਦੁਆ ਮੰਗਦਾ ਕਿ ਇਹੋ ਜਿਹੇ ਬੰਦੇ ਜਿਸ ਤਰ੍ਹਾਂ ਦਾ ਰਾਂਝਾ ਹੈ ਇਸ ਤਰ੍ਹਾਂ ਦੇ ਬੰਦੇ ਕਦੀ ਮਿਲ ਜਾਣ ਮਤਲਬ ਬਿਲਕੁਲ ਉਹਦੇ ਉਲਟ ਗੱਲ ਕਰੇ ਉਹ ਕਹੇ ਕਿ ਕੋਈ ਇਹ ਡਿਵਾਈਨ ਚੀਜ਼ ਆਈ ਹੈ ਹਾਂ ਡਿਵਾਈਨ ਚੀਜ਼ ਜਿਹੜੇ ਰੱਬ ਕੀਤੇ ਕੰਮ ਹੋ ਰਹੇ ਇਹ ਜਿਹੜੇ ਸਾਰੇ ਕੰਮ ਜਿਹੜੇ ਜਿਵੇਂ ਹੋ ਰਿਹਾ ਹੈ ਮਤਲਬ ਮੇਰਾ ਤੇ ਜਿਵੇਂ ਰਾਂਝੇ ਦਾ ਜਿਹੜਾ ਜਿਵੇਂ ਜੋੜ ਜੁੜਿਆ ਹੈ ਇਹ ਰੱਬ ਵੱਲੋਂ ਜੁੜਿਆ ਹੈ ਜਿਹੜੇ ਰੱਬ ਕੀਤੇ ਕੰਮ ਹੋ ਰਹੇ ਜਿਹੜੇ ਰੱਬ ਨੇ ਇਹ ਜਿਹੜੇ ਕੰਮ ਹੋ ਰਹੇ ਨੇ ਇਹ ਰੱਬ ਦੇ ਕੀਤੇ ਹੋਏ ਨੇ ਇਹਦਾ ਮਤਲਬ ਫੈਸਲੇ ਕਿਸੇ ਹੋਰ ਜਗ੍ਹਾ ਹੋ ਗਏ ਨੇ ਇਹ ਮਤਲਬ ਅਲਾਈ ਫੈਸਲਾ ਹੈ ਬਿਲਕੁਲ ਸਾਨੂੰ ਮਾਂ ਕਿਉਂ ਗੈਬ ਦੇ ਦੇ ਪੰਗੇ ਮਾਂ ਤੂੰ ਸਾਨੂੰ ਗੈਬ ਦਾ ਮਤਲਬ ਹੈ ਇਰਰੇਲੇਵੈਂਟ ਠੀਕ ਹੈ ਅਨਰੀਅਲ ਤੂੰ ਸਾਨੂੰ ਪੰਗੇ ਦਾ ਮਤਲਬ ਹੈ ਕੀ ਕਹਿੰਦਾ ਹੁੰਦਾ ਪੰਗਾ ਲੈਣਾ ਮਤਲਬ ਅਨਨੈਸੈਸਰੀ ਤੰਗ ਕਰਨਾ ਠੀਕ ਹੈ ਤੂੰ ਸਾਨੂੰ ਮਤਲਬ ਐਸੀਆਂ ਗੱਲਾਂ ਕਰਕੇ ਕਿਉਂ ਤੰਗ ਕਰ ਰਹੇ ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ ਸਭ ਇੱਕ ਤੁਸੀਂ ਲਾਈਨ ਮਿਸ ਕਰਤੀ ਕੁੱਲ ਸਿਆਣਿਆਂ ਕੁੱਲ ਸਿਆਣਿਆਂ ਮੁਲਕ ਨੂੰ ਮਤ ਦਿੱਤੀ ਤੇਗ ਮਹਿਰੀਆਂ ਇਸ਼ਕ ਨਾ ਕਰੋ ਨੰਗੇ ਜੀ ਹੀਰ ਨੂੰ ਕਹਿੰਦੀ ਹੈ ਕਿ ਦੁਨੀਆਂ ਦੇ ਸਾਰੇ ਸਿਆਣੇ ਬੰਦੇ ਜਿਹੜੇ ਨੇ ਜੀ ਉਹਨਾਂ ਨੇ ਜਹਾਨ ਨੂੰ ਇਹ ਸਮਝਾਇਆ ਇਹ ਮਤ ਦਿੱਤੀ ਹੋਈ ਹੈ ਕਿ ਤੇਗ ਤਲਵਾਰ ਜੀ ਤੇ ਮਹਿਰੀਆਂ ਦਾ ਮਤਲਬ ਹੈ ਜਿਹੜੀਆਂ ਔਰਤਾਂ ਅੱਛਾ ਮਹਿਰੀਆਂ ਔਰਤਾਂ ਤੇ ਇਸ਼ਕ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਮੰਗਿਆ ਨਾ ਕਰੋ ਅੱਛਾ ਇਹਨਾਂ ਨੂੰ ਟੱਕਿਆ ਹੀ ਰਹਿਣ ਦਿਓ ਔਰਤ ਇਸ਼ਕ ਤੇ ਤੇਗ ਤੇਗ ਅੱਛਾ ਔਰਤ ਇਸ਼ਕ ਤੇ ਤਲਵਾਰ ਠੀਕ ਤਲਵਾਰ ਠੀਕ ਇੱਥੇ ਤੇ ਮੋਹਰਿਆਂ ਦਾ ਇੱਥੇ ਮੋਹਰਿਆਂ ਦਾ ਮਤਲਬ ਮਹਿਰੀਆਂ ਅਗਰ ਪੜ੍ਹੀਏ ਇਹਨੂੰ ਤੇ ਫਿਰ ਮਤਲਬ ਔਰਤ ਹੈ ਠੀਕ ਹੈ ਅਗਰ ਇਹਨੂੰ ਮੋਹਰਿਆਂ ਪੜ੍ਹੀਏ ਤੇ ਫਿਰ ਮਤਲਬ ਹੈ ਦੌਲਤ ਦੌਲਤ ਅੱਛਾ ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ ਜਿੰਨਾ ਕੱਪੜੇ ਖਾਕ ਦੇ ਵਿੱਚ ਰੰਗੇ ਯਾਨੀ ਕਹਿ ਰਹੀ ਹੈ ਕਿ ਜਿਹਨਾਂ ਜਿਹੜੇ ਰੱਬ ਨੂੰ ਜਿਹਨਾਂ ਨੂੰ ਜਿਹੜੇ ਰੱਬ ਜਿਹਨਾਂ ਦੇ ਰੱਬ ਕੰਮ ਜਿਹੜੇ ਰੱਬ ਦੇ ਨਾਲ ਕੰਮ ਮੁਕੰਮਲ ਤੌਰ ਤੇ ਜੁੜ ਗਏ ਨੇ ਰੱਬ ਜਿਹੜੇ ਅੱਲਾਹ ਵਾਲੇ ਹੋ ਗਏ ਨੇ ਅੱਲਾਹ ਨੇ ਉਹਨਾਂ ਨੂੰ ਕਬੂਲ ਕੀਤਾ ਹੈ ਜਿਹਨਾਂ ਕੱਪੜੇ ਖਾਕ ਦੇ ਵਿੱਚ ਰੰਗੇ ਤੇ ਜਿਹਨਾਂ ਨੇ ਮਿੱਟੀ ਵਿੱਚ ਕੱਪੜੇ ਰੰਗ ਲਏ ਨੇ ਮਿੱਟੀ ਨਾਲ ਮਿਲ ਕੇ ਮਿੱਟੀ ਹੋ ਗਏ ਨੇ ਉਹਨਾਂ ਨੂੰ ਨਾ ਛੇੜੀ ਜਿੰਨਾ ਇਸ਼ਕ ਦੇ ਮਾਮਲੇ ਸ੍ਰੀ ਚਾਏ ਵਾਰਿਸ ਸ਼ਾਹ ਨਾ ਕਿਸੇ ਤੋਂ ਰਹਿਣ ਸਮਝੇ ਤੇ ਵਾਰਿਸ ਸ਼ਾਹ ਕਹਿੰਦਾ ਹੈ ਕਿ ਜਿਨ੍ਹਾਂ ਨੇ ਇਸ਼ਕ ਦੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਆਪਣੇ ਸਿਰ ਤੇ ਚੁੱਕ ਲਿਆ ਠੀਕ ਹੈ ਜਿਨ੍ਹਾਂ ਨੇ ਇਸ਼ਕ ਕਰ ਲਿਆ ਉਹ ਕਿਸੇ ਤੋਂ ਸੰਗੇ ਨਹੀਂ ਲੈਂਦੇ ਇਹ ਮਤਲਬ ਹੈ ਕਿ ਹੀਰ ਜਿਹੜੀ ਹੈ ਉਹਨੂੰ ਕੋਈ ਇਹ ਗੱਲ ਸਾਰੀ ਗੱਲ ਕਰਦਿਆਂ ਕੋਈ ਆਪਣੀ ਮਾਂ ਤੋਂ ਸੰਗ ਨਹੀਂ ਹੈ ਸੰਗ ਦਾ ਕੀ ਮਤਲਬ ਸੰਗ ਦਾ ਮਤਲਬ ਸ਼ਰਮ ਸ਼ਰਮ ਅੱਛਾ ਸ਼ਰਮ ਨਹੀਂ ਹੈ
ਠੀਕ ਹੈ ਮਤਲਬ ਉਹਨੂੰ ਕੁਛ ਸ਼ਰਮਿੰਦਾ ਨਹੀਂ ਹੈ ਇਸ ਗੱਲ ਤੇ ਉਹ ਬਲਕਿ ਪ੍ਰਾਊਡ ਹੈ ਇਸ ਗੱਲ ਉਹ ਜਿਹੜੀ ਗੱਲ ਹੈ ਇਸ ਗੱਲ ਤੇ ਪ੍ਰਾਊਡ ਹੈ ਠੀਕ ਹੈ ਇਸ ਤੋਂ ਬਾਅਦ ਆਪਣਾ ਉਹ ਜਿਹੜੀ ਹੀਰ ਦੀ ਮਾਂ ਹੈ ਜੀ ਜੀ ਉਹਦੇ ਪਿਓ ਨੂੰ ਕਹਿੰਦੀ ਆ ਕਿ ਇਹ ਤੇ ਸਾਰਾ ਜਹਾਨ ਜਿਹੜਾ ਉਹ ਮਿਹਣੇ ਮਾਰ ਰਿਹਾ ਹੈ ਤਾਨੇ ਦੇ ਰਿਹਾ ਹੈ ਜੀ ਜੀ ਤੇ ਤੂੰ ਹੁਣ ਇਹਦੇ ਬਾਰੇ ਚ ਕੁਛ ਕਰ ਤੇ ਉਹ ਫਿਰ ਜਿਹੜਾ ਹੈ ਉਹ ਅੱਗੇ ਉਹ ਰਾਂਝੇ ਨੂੰ ਜਵਾਬ ਤੋਂ ਉਹਦੇ ਕੰਮ ਤੋਂ ਕੱਢ ਦਿੰਦਾ ਹੈ ਤੂੰ ਇਹ ਪੜ੍ਹੋ ਸੀ ਠੀਕ ਹੈ ਰਾਤੀ ਰਾਂਝੇ ਨੇ ਮਹੀ ਜਾਨ ਢੋਇਆ ਢੋਈਆਂ ਚੂਚਕ ਸਿਆਲ ਮੱਥੇ ਵੱਟ ਪਾਇਆ ਈ ਭਾਈ ਛੱਡ ਮਹੀ ਉੱਠ ਜਾ ਘਰ ਨੂੰ ਤੇਰਾ ਤੌਰ ਬੁਰਾ ਨਜ਼ਰ ਆਇਆ ਈ ਸਿਆਲੋ ਕਹੋ ਭਾਈ ਸਾਡੇ ਕੰਮ ਨਹੀਂ ਜਾਏ ਉਧਰੇ ਜਾਏ ਉਧਰੇ ਜਿਧਰੋਂ ਆਇਆ ਈ ਅਸਾਂ ਸਾਨ ਨਾ ਰੱਖਿਆ ਏ ਨਡਿਆ ਚਾਰਨੀਆ ਕਿਸ ਬਤਾਇਆ ਈ ਇਤਕੂ ਮਵਾਜ਼ ਇਲ ਤੁਹਮ ਵਾਰਿਸ ਸ਼ਾਹ ਇਹ ਧੁਰੋਂ ਫਰਮਾਇਆ ਈ ਹਾਂਜੀ ਰਾਤੀ ਰਾਂਝੇ ਨੇ ਮਹੀ ਜਾਂ ਆਣ ਢੋਈਆਂ ਜੀ ਢੋਣਾ ਦਾ ਮਤਲਬ ਹੁੰਦਾ ਚਰਾਣਾ ਇਕੱਠੀਆਂ ਕਰ ਠੀਕ ਹੈ ਇਕੱਠੀਆਂ ਕਰਕੇ ਢੋਈਆਂ ਦਾ ਮਤਲਬ ਠੀਕ ਹੈ ਉਹਨਾਂ ਨੂੰ ਵਾਪਸ ਲਿਆਂਦਾ ਸਹੀ ਹੈ ਆਪਣੀ ਮੱਝਾਂ ਉਹਨੇ ਜਦੋਂ ਰਾਤ ਨੂੰ ਮੱਝਾਂ ਵਾਪਸ ਲਿਆਂਦੀਆਂ ਜੀ ਚੂਚਕ ਸਿਆਲ ਮੱਥੇ ਵੱਟ ਪਾਏ ਤੇ ਚੂਚਕ ਜਿਹੜਾ ਹੀਰ ਦਾ ਪਿਓ ਸੀ ਉਹਨੇ ਮੱਥੇ ਉੱਤੇ ਵੱਟ ਪਾ ਲਿਆ ਮਤਲਬ ਉਹਨੇ ਖਫਾ ਹੋਇਆ ਠੀਕ ਹੈ ਮੱਥੇ ਵੱਟ ਪਾਉਣਾ ਹੁੰਦਾ ਖਫਾ ਹੋ ਜਾਣਾ ਖਫਾ ਹੋ ਜਾਣਾ ਹਾਂਜੀ ਭਾਈ ਛੱਡ ਮਹੀ ਉੱਠ ਜਾ ਘਰ ਨੂੰ ਉਹ ਚੂਚਕ ਕਹਿੰਦਾ ਰਾਂਝੇ ਨੂੰ ਕਿ ਤੂੰ ਭਾਈ ਇਹ ਮੱਝਾਂ ਛੱਡ ਸਾਡੀਆਂ ਠੀਕ ਹੈ ਤੇ ਆਪਣੇ ਘਰ ਨੂੰ ਜਾ ਤੇਰਾ ਤੌਰ ਬੁਰਾ ਨਜ਼ਰ ਆਇਆ ਤੌਰ ਦਾ ਮਤਲਬ ਤੇਰਾ ਕਰੈਕਟਰ ਤੌਰ ਤਰੀਕਾ ਤੇਰਾ ਕਰੈਕਟਰ ਜਿਹੜਾ ਆ ਉਹ ਸਾਨੂੰ ਭੈੜਾ ਲੱਗਾ ਹੈ ਠੀਕ ਹੈ ਤੇਰਾ ਕਰੈਕਟਰ ਠੀਕ ਨਹੀਂ ਹੈ ਆਪਣਾ ਆਪਣੇ ਘਰ ਨੂੰ ਜਾ ਸਿਆਲੋ ਕਹੋ ਭਾਈ ਸਾਡੇ ਕੰਮ ਨਹੀਂ ਉਹ ਆਪਣੇ ਸਿਆਲਾਂ ਵੱਲ ਨੂੰ ਕਹਿੰਦਾ ਹੈ ਬਾਕੀ ਜਿਹੜੇ ਉਹਦੇ ਭਰਾ ਬੰਦ ਨੇ ਉਹਨਾਂ ਨੂੰ ਕਹਿੰਦਾ ਹੈ ਕਿ ਭਾਈ ਦੱਸੋ ਤੁਸੀਂ ਆਪ ਇਹ ਸਾਡੇ ਕੰਮ ਦਾ ਨਹੀਂ ਹੈ ਠੀਕ ਹੈ ਜਾਏ ਉਧਰੇ ਜਿੱਧਰੋਂ ਆਏ ਉਧਰ ਹੀ ਵਾਪਸ ਮੁੜ ਕੇ ਚਲਾ ਜਾਏ ਜਿੱਧਰੋਂ ਆਇਆ ਇਹ ਸਾਡੇ ਕੰਮ ਦਾ ਬੰਦਾ ਨਹੀਂ ਵਾਪਸ ਟੁੱਟ ਜਾਏ ਅਸਾਂ ਸਾਹ ਨਾ ਰੱਖਿਆ ਇਹ ਨੱਡਾ ਮਤਲਬ ਅਸੀਂ ਇਹ ਜਿਹੜਾ ਨੱਡਾ ਹੈ ਜਵਾਨ ਮੁੰਡਾ ਹੈ ਨੱਡਾ ਜਵਾਨ ਮੁੰਡਾ ਠੀਕ ਹੈ ਹਾਂਜੀ ਨੱਡੀ ਉਹਦੀ ਫੀਮੇਲ ਵਰਡ ਫੀਮੇਲ ਵਰਡ ਠੀਕ ਹੈ ਅਸਾਂ ਸਾਹ ਨਾ ਰੱਖਿਆ ਇਹ ਨੱਡਾ ਠੀਕ ਹੈ ਇਹ ਜਿਹੜਾ ਜਵਾਨ ਮੁੰਡਾ ਹੈ ਇਹ ਅਸੀਂ ਸਾਹ ਨਹੀਂ ਰੱਖਿਆ ਸਾਹ ਦਾ ਮਤਲਬ ਹੁੰਦਾ ਹੈ ਉਹ ਟੱਗਾ ਜਾਂ ਉਹ ਮੇਲ ਜਿਹੜਾ ਮੱਝ ਦਾ ਮੇਲ ਉਹਨੂੰ ਠੀਕ ਉਹਨੂੰ ਸਾਨ ਕਹਿੰਦੇ ਉਹਨੂੰ ਸਾਨ ਨਹੀਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਜਿੱਥੇ ਮੱਝਾਂ ਪਿੰਡਾਂ ਦੇ ਵਿੱਚ ਜੀ ਜੀ ਇੱਕ ਮੱਝਾਂ ਔਰ ਗਾਵਾਂ ਨੂੰ ਜਿਹੜਾ ਹੈ ਉਹ ਪ੍ਰੈਗਨੈਂਟ ਕਰਨ ਲਈ ਠੀਕ ਹੈ ਇੱਕ ਮੇਲ ਫੈਕਟਰ ਹੁੰਦਾ ਉਹਨਾਂ ਦੇ ਵਿੱਚ ਇੱਕ ਮੇਲ ਟੱਗਾ ਜਾਂ ਇੱਕ ਮੱਝਾਂ ਮਿਆਂ ਜਿਹੜਾ ਹੈ ਜੀ ਉਹ ਰੱਖਿਆ ਜਾਂਦਾ ਠੀਕ ਹੈ ਉਹਨੂੰ ਫਿਰਦਾ ਰਹਿੰਦਾ ਪਿੰਡ 'ਚ ਔਰ ਉਹਨੂੰ ਕੋਈ ਰੋਕਦਾ ਨਹੀਂ ਹੈ ਉਹ ਜਿੱਥੋਂ ਮਰਜ਼ੀ ਜੋ ਖਾ ਲਵੇ ਆਮ ਤੌਰ ਤੇ ਜਿਨ੍ਹਾਂ ਦੇ ਕੋਲ ਮੱਝਾਂ ਦੇ ਇੱਜੜ ਹੁੰਦੇ ਨੇ ਜੀ ਜੀ ਉਹਨਾਂ ਦੇ ਵਿੱਚ ਵੀ ਇਹ ਇੱਕ ਇੱਕ ਵੱਡਾ ਸਾਨ ਰੱਖਿਆ ਜਾਂਦਾ ਠੀਕ ਹੈ ਜਿਹੜਾ ਕਿ ਬੇਸਿਕਲੀ ਇਹ ਜਿਹਦਾ ਕੰਮ ਇਹ ਹੁੰਦਾ ਹੈ ਕਿ ਜਦੋਂ ਕੋਈ ਆਪਣਾ ਮੱਝ ਜਾਂ ਗਾਂ ਜਿਹੜੀ ਹੈ ਉਹਨੂੰ ਜਦੋਂ ਤਾਹ ਆਉਂਦਾ ਹੈ ਤਾਂ ਹੁਣ ਦਾ ਮਤਲਬ ਜਦੋਂ ਉਹ ਓਵੂਲੇਟ ਕਰ ਰਹੀ ਹੈ ਹਾਂ ਹਾਂ ਤੇ ਉਹ ਉਹਨੂੰ ਇੰਪ੍ਰੈਗਨੈਂਟ ਕਰ ਉਹਨੂੰ ਪ੍ਰੈਗਨੈਂਟ ਕਰ ਠੀਕ ਹੈ ਉਹ ਕਹਿ ਰਿਹਾ ਕਿ ਅਸੀਂ ਇਹ ਜਿਹੜਾ ਜਵਾਨ ਮੁੰਡਾ ਇਹਨੂੰ ਕੋਈ ਸਾਹ ਸਮਝ ਕੇ ਨਹੀਂ ਰੱਖਿਆ ਦੀਆਂ ਚਾਰਨੀਆਂ ਕਿਸ ਬਤਾਇਆ ਇਹਨੂੰ ਇਹ ਤੇ ਨਹੀਂ ਅਸੀਂ ਤੇ ਇਹਨੂੰ ਰੱਖਿਆ ਸੀ ਮੱਝਾਂ ਚਾਰਨ ਲਈ ਧੀਆਂ ਚਾਰਨ ਲਈ ਤੇ ਨਹੀਂ ਸੀ ਅੱਛਾ ਠੀਕ ਹੈ ਇਹ ਤੇ ਧੀਆਂ ਨੂੰ ਚਾਰ ਰਿਹਾ ਬਿਲਕੁਲ ਇਤਕ ਮੁਆਜ਼ਤ ਤੋਂ ਵਾਰਿਸ ਸ਼ਾਹ ਇਹ ਤੋਂ ਫਰਮਾਏ ਵਾਰਿਸ ਸ਼ਾਹ ਇਹ ਸ਼ੁਰੂ ਤੋਂ ਇਹ 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 ਕਿਹਾ ਗਿਆ ਹੈ ਕਿ ਤੁਮਤ ਤੋਂ ਬਚਣਾ ਚਾਹੀਦਾ ਹੈ ਉਹ ਅੱਛਾ ਹਾਂਜੀ ਠੀਕ ਅੱਛਾ ਜੀ ਹੁਣ ਉਹ ਰਾਂਝਾ ਜਿਹੜਾ ਹੈ ਉਹ ਆਪਣਾ ਆਪਣਾ ਉੱਥੋਂ ਛੱਡ ਜਾਂਦਾ ਹੈ ਠੀਕ ਤੇ ਜਾ ਕੇ ਉਹ ਆਪਣਾ ਉਹਨਾਂ ਦਾ ਪੂਰਾ ਲਾ ਕੇ ਤੇ ਉਹ ਆਪਣਾ ਛੱਡ ਉਹ ਕਹਿੰਦਾ ਲਓ ਜੀ ਤੁਸੀਂ ਆਪਣੀਆਂ ਮੱਝਾਂ ਆਪਣੇ ਕੋਲ ਰੱਖੋ ਠੀਕ ਤੁਸੀਂ ਪਰ ਨਾਲੇ ਵੀ ਕਹਿੰਦਾ ਹੈ ਕਿ 12 ਸਾਲ ਤੂੰ ਮੇਰੇ ਕੋਲ ਮੱਝਾਂ ਚਰਵਾਈਆਂ ਨੇ
ਤੇ ਹੁਣ ਤੇਰੇ ਮਿਹਨਤ ਵੀ ਕੋਈ ਨਹੀਂ ਦਿੱਤੀ, ਅੱਛਾ, ਤੇ ਹੁਣ ਤੇਰੇ ਢਿੱਡ ਵਿੱਚ ਸੂਲ ਯਾਨੀ ਦਰਦ ਪੈ ਗਿਆ, ਠੀਕ ਹੈ, ਤੇ ਹੁਣ ਤੂੰ ਮੈਨੂੰ 12 ਸਾਲ ਬਾਅਦ ਧੋ ਕੇ ਜਵਾਬ ਦੇ ਰਿਹਾ ਤੇ ਇਹ ਤੂੰ ਮੇਰੇ ਨਾਲ ਇਨਸਾਫ਼ ਨਹੀਂ ਕਰ ਰਿਹਾ, ਤੇ ਉਹ ਇਹ ਕਹਿ ਕੇ ਤੇ ਚਲਾ ਜਾਂਦਾ। ਅੱਛਾ, ਤੇ ਅੱਗੇ ਉਹ ਜਿਹੜੀਆਂ ਮੱਝਾਂ ਨੇ ਉਹਨਾਂ ਨੂੰ ਕੋਈ ਹੋਰ ਰਜ ਤਲਵਾ ਚਾਰ ਨਹੀਂ ਸਕਦਾ। ਚਲੋ ਜੀ, ਠੀਕ, ਪੜੋ। ਮੱਛੀ ਚਰਨ ਬਾਜ ਰੰਜੇਟੜੇ ਦੇ, ਮਾਹੀ ਹੋਰ ਸਭੇ ਝੱਕ ਮਾਰ ਰਹੇ, ਕਾਈ ਘਸ ਜਾਈ ਕਾਈ ਕਾਈ ਘੁਸ ਜਾਏ ਕਾਈ ਘੁਸ ਜਾਏ ਕਾਈ ਡੁੱਬ ਜਾਏ, ਕਾਈ ਸਨ ਲਹੇ ਕਾਈ ਪਾਰ ਰਹੇ, ਸਿਆਲ ਪਕੜ ਹਥਿਆਰ ਤੇ ਹੂ, ਖੁਮਾ ਮਗਰ ਲੱਗ ਕੇ ਖੋਲੀਆਂ ਚਾਰ ਰਹੇ, ਵਾਰਿਸ ਸ਼ਾਹ ਚੂਚਕ ਪਛਤਾਉਂਦਾ ਹੀ ਮੰਗੂ ਨਾ ਛਿੜੇ ਅਸੀਂ ਹਾਰ ਰਹੇ। ਹਾਂਜੀ, ਹੁਣ ਮੱਝੀ ਚਰਨ ਨਾ ਬਾਅਦ ਰੰਜੇ ਛਿੜੇ ਦੇ, ਜੀ, ਰਾਂਝੇ ਤੋਂ ਬਗੈਰ ਜਿਹੜੀਆਂ ਮੱਝਾਂ ਨੇ ਉਹ ਹੁਣ ਚਰਦੀਆਂ ਨਹੀਂ, ਠੀਕ, ਹੋਰ ਕੋਈ ਚਾਰ ਨਹੀਂ ਸਕਦਾ ਉਹਨਾਂ ਨੂੰ। ਬਿਲਕੁਲ, ਮਾਹੀ ਹੋਰ ਸਭੇ ਝੱਕ ਮਾਰ ਰਹੇ, ਹੋਰ ਜਿੰਨੇ ਵੀ ਪਿੰਡ ਦੇ ਵਿੱਚ ਮੱਝਾਂ ਚਾਰਨ ਵਾਲੇ ਸਨ ਸਾਰੇ ਝੱਕ ਮਾਰ ਬੈਠੇ, ਸਾਰੇ ਕੋਸ਼ਿਸ਼ਾਂ ਕਰ ਬੈਠੇ, ਲੇਕਿਨ ਮੱਝਾਂ ਉਹਨਾਂ ਦੇ ਕਾਬੂ ਨਹੀਂ ਸੀ ਆਉਂਦੀਆਂ। ਠੀਕ ਹੈ, ਕੋਈ ਘੁਸ ਜਾਏ, ਘੁਸ ਜਾਣ ਦਾ ਮਤਲਬ ਹੁੰਦਾ ਗੁੰਮ ਹੋ ਜਾਣਾ, ਗੁੰਮ ਹੋ ਜਾਣਾ, ਠੀਕ ਹੈ, ਗੁੰਮ ਜਾਂਦੀ ਹੈ, ਕਾਈ ਡੁੱਬ ਜਾਏ, ਕੋਈ ਦਰਿਆ ਵਿੱਚ ਡੁੱਬ ਜਾਂਦੀ ਹੈ, ਕਾਈ ਸਨ ਲੈ, ਸਨ ਦਾ ਮਤਲਬ ਹੈ ਚਿੱਕੜ ਦੇ ਵਿੱਚ ਫਸ ਜਾਂਦੀ, ਦਰਿਆ ਦੇ ਚਿੱਕੜ ਹੁੰਦਾ ਨਾ, ਜੀ ਜੀ, ਉਹ ਚ ਫਸ ਜਾਂਦੀ ਹੈ, ਕਾਈ ਪਾਰ ਰਹੇ, ਕੋਈ ਦਰਿਆ ਤੋਂ ਪਾਰ ਰਹਿ ਜਾਂਦੀ ਹੈ, ਯਾਨੀ ਬੜਾ ਕਿਓਸ ਹੋ ਗਿਆ, ਕਿਓਸ ਹੋ ਗਿਆ ਉੱਥੇ। ਸਿਆਲ ਪਕੜੇ ਹਥਿਆਰ ਤੇ ਹੋਰ ਖੁੰਮਾ, ਹੋ ਖੁੰਮਾ, ਜੀ, ਯਾਨੀ ਸਿਆਲ ਜਿਹੜੇ ਸਨ, ਜੀ ਜੀ, ਜਿਹੜਾ ਸੀ ਉਹ ਹਥਿਆਰ ਫੜ ਕੇ ਤੇ ਸਿੱਧੇ ਹੋ, ਖੁੰਮਾ ਦਾ ਮਤਲਬ ਸਿੱਧੇ ਹੋ ਕੇ, ਅੱਛਾ, ਮਗਰ ਲੱਗ ਕੇ ਖੋਲੀਆਂ ਚਾਰ, ਯਾਨੀ ਉਹ ਮੱਝਾਂ ਦੇ ਪਿੱਛੇ ਲੱਗ, ਖੋਲੀਆਂ ਮਤਲਬ ਮੱਝਾਂ, ਠੀਕ ਹੈ, ਆਮ ਤੌਰ ਖੋਲੀ ਖੋਲੀ ਜਾਂ ਮਤਲਬ ਹੁੰਦਾ ਪੁਰਾਣੀਆਂ ਬੁੱਢੀਆਂ ਮੱਝਾਂ ਹੁੰਦੀਆਂ, ਲੇਕਿਨ ਇੱਥੇ ਆਮ ਮੱਝਾਂ ਦੀ, ਉਹਨਾਂ ਨੂੰ ਚਾਰਨ ਦੀ ਕੋਸ਼ਿਸ਼ ਕਰਦੇ ਰਹੇ ਹੋ, ਠੀਕ ਹੈ। ਵਾਰਿਸ ਸ਼ਾਹ ਚੂਚਕ ਪਛੋ ਤਾਮਦਾ ਹੀ ਮੰਗੂ ਨਾ ਚਰੇ ਅਸੀਂ ਹਾਰ ਰਹੇ। ਵਾਰਿਸ ਸ਼ਾਹ ਚੂਚਕ ਜਿਹੜਾ ਹੈ ਹੀਰ ਦਾ ਪਿਓ, ਬਿਲਕੁਲ, ਉਹ ਹੁਣ ਪਛਤਾਉਂਦਾ ਕਿ ਮੈਂ ਉਹਨੂੰ ਕਿਉਂ ਕੱਢਿਆ, ਕਿਉਂ ਕੱਢਤਾ, ਕਿਉਂਕਿ ਹੁਣ ਮੱਝਾਂ ਜਿਹੜੀਆਂ ਨੇ ਉਹ ਤੇ ਸਾਡੇ ਕੋਲ ਹੁਣ ਚੱਲਦੀਆਂ ਨੇ, ਸਾਡੇ ਆਊਟ ਆਫ ਕੰਟਰੋਲ। ਇਹਦੇ ਵਿੱਚ ਮੇਰੀ ਇੱਕ ਇਹ ਵੀ ਇੰਟਰਪ੍ਰੀਟੇਸ਼ਨ ਹੈ ਕਿ ਜਿਹੜੀ ਅਗਰ ਬਹੁਤ ਹੀ ਗਹਿਰੇ ਜਾਓ, ਜ਼ਰਾ ਡੂੰਘੇ ਥਾਂ ਤੇ ਜਾਓ, ਜੀ ਜੀ, ਤੇ ਜਿਹੜੀਆਂ ਮੱਝਾਂ ਨੇ, ਮੱਝਾਂ ਜਿਹੜੀਆਂ ਨੇ ਉਹ ਇੱਕ ਸੋਚ ਵੀ ਹੈ, ਔਰ ਰਾਂਝਾ ਉਸ ਸੋਚ ਦਾ ਲੀਡਰ ਹੈ। ਅੱਛਾ, ਮੈਟਾਫੋਰ ਯੂਜ਼ ਕੀਤਾ। ਹਾਂ, ਮੱਝਾਂ ਜਿਹੜੀਆਂ ਨੇ ਉਹ ਇੱਕ ਤਰੀਕੇ ਦੇ ਨਾਲ ਆਪਣਾ ਜਿਹੜੀ ਜਿਹੜੀ ਨਵੀਂ ਸੋਚ ਹੈ, ਮਤਲਬ ਮੱਝਾਂ ਜਿਹੜੀਆਂ ਸੋਚ ਨੇ, ਵਿਚਾਰ ਨੇ, ਔਰ ਰਾਂਝਾ ਉਹਨਾਂ ਨੂੰ, ਉਹ ਰਾਂਝੇ ਰਾਂਝੇ ਰਾਂਝਾ ਹੀ ਉਹਨਾਂ ਨੂੰ ਸਿਰਫ ਚਾੜ ਸਕਦਾ ਹੈ। ਓ ਅੱਛਾ, ਕਿਉਂਕਿ ਰਾਂਝਾ ਹੀ ਜਿਹੜਾ ਹੈ ਉਹ ਪੁਰਾਣੇ ਵਰਤਾਰੇ ਨੂੰ ਛੱਡ ਕੇ ਨਵਾਂ ਵਰਤਾਰਾ ਫੜਿਆ। ਠੀਕ ਹੈ, ਅੱਛਾ, ਤੇ ਉਹ ਫਿਰ ਜਦੋਂ ਨਹੀਂ ਚੜਦੀਆਂ ਮੱਝਾਂ ਕਿਸੇ ਕੋਲੋਂ ਵੀ, ਤੇ ਉਹਨਾਂ ਨੂੰ ਦੋਵੇਂ ਮੀਆਂ ਬੀਵੀ ਨੂੰ ਚੂਚਕ ਤੇ ਉਹਦੀ ਮਾਂ ਪਿਓ, ਚੂਚਕ ਤੇ ਮਾਂ ਮਲਕੀ ਨੂੰ ਪਤਾ ਲੱਗ ਜਾਂਦਾ ਕਿ ਮੱਝਾਂ ਨਹੀਂ ਚੜਦੀਆਂ, ਤੇ ਉਹ ਫਿਰ ਜਿਹੜੀ ਮਲਕੀ ਹੈ ਉਹਦੀ ਮਾਂ ਹੀਰ ਦੀ, ਉਹ ਉਹਨੂੰ ਕਹਿੰਦੀ ਹੈ ਕਿ ਬੜੀ ਆਪਣਾ ਹੁਣ ਮੁਨਾਫਕਤ ਤੇ ਆ ਜਾਂਦੇ ਨੇ। ਅੱਛਾ, ਉਹ ਕਹਿੰਦੀ ਹੈ ਕਿ ਦੇਖ ਲੋਕੀ ਬੜੀ ਬਦਦੁਆ ਦਿੰਦੇ ਨੇ ਸਾਨੂੰ ਉਹਨੂੰ ਰਾਜੇ ਨੂੰ ਕੱਢਣ ਤੇ, ਕਿ ਤੁਸੀਂ 12 ਸਾਲ ਮੱਝਾਂ ਚਰਾਈਆਂ ਤੇ ਉਹਦੇ ਕੋਲ ਜਵਾਬ ਦੇ ਦਿੱਤਾ, ਬਗੈਰ ਮਿਹਨਤ ਕੀਤੀ, ਤੇ ਆਪਣਾ ਤੂੰ ਆਪਣਾ ਇਹਦੇ ਬਾਰੇ ਚ ਤੂੰ ਉਹਨੂੰ ਵਾਪਸ ਮੋੜ ਲਿਆ। ਠੀਕ ਹੈ, ਤੇ ਇਹਦਾ ਪਿਓ ਹੁਣ ਜਵਾਬ ਦਿੰਦਾ। ਚੂਚਕ ਆਖਿਆ ਜਾ ਮਨਾ ਉਸਨੂੰ ਵਿਆਹ ਤੀਕ ਤਾਂ ਮਹੀਂ ਚਰਾ ਲਈਏ, ਜਦੋਂ ਹੀਰ ਡੋਲੀ ਪਾ ਟੋੜ ਦਈਏ, ਰੁੱਸ ਪਵੇ ਜਵਾਬ ਤਾਂ ਚਾ ਦਈਏ, ਸਾਡੀ ਧੀਉ ਦਾ ਕੁਝ ਨਾ ਲਾ ਲੈਂਦਾ, ਸਭਾ ਟਹਿਲ ਟਕੋਰ ਕਰਾ ਲਈਏ, ਵਾਰਿਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ, ਜਟਕਾ ਫੰਦ ਇੱਥੇ ਇੱਕ ਲਾ ਲਈਏ। ਹਾਂਜੀ, ਚੂਚਕ ਆਖਿਆ ਜਾ ਮਨਾ ਉਸਨੂੰ, ਜੀ, ਚੂਚਕ ਨੇ ਕਿਹਾ ਯਾਨੀ ਹੀਰ ਦੇ ਪਿਓ ਨੇ ਕਿਹਾ ਆਪਣੀ ਬੀਵੀ ਨੂੰ ਯਾਨੀ ਮਲਕੀ ਨੂੰ ਕਿ ਜਾ ਕੇ ਉਹਨੂੰ ਮਨਾ ਲਿਆ, ਉਹਨੂੰ ਰਾਜ਼ੀ ਕਰਕੇ ਲੈ ਆ, ਵਿਆਹ ਤੀਕ ਤਾਂ ਮੈਂ ਚਰਾ ਲਈਏ, ਜਿੰਨਾ ਚਿਰ ਤੱਕ ਹੀਰ ਦਾ ਵਿਆਹ ਨਹੀਂ ਹੁੰਦਾ ਜੀ, ਉਹਨਾਂ ਚਿਰ ਤੱਕ ਉਹਦੇ ਕੋਲ ਮੱਝਾਂ ਚਾਹੀਦੀ ਹੈ ਨਾ। ਜਦੋਂ ਹੀਰ ਡੋਲੀ ਪਾ ਟੋੜ ਦਈਏ, ਜਦੋਂ ਹੀਰ ਨੂੰ ਅਸੀਂ ਡੋਲੀ ਪਾ ਕੇ ਟੋੜ ਦਿਆਂਗੇ,
ਰੁੱਸ ਪਵੇ ਜਵਾਬ ਤਾਂ ਚਾਹ ਦੀਏ ਜੇ ਉਸ ਵੇਲੇ ਨਾਰਾਜ਼ ਹੋਏਗਾ ਜਵਾਬ ਖਫਾ ਹੋਏਗਾ ਤੇ ਉਸ ਵੇਲੇ ਇਹਨੂੰ ਕੱਢ ਜਾਂਗੇ ਜਵਾਬ ਦੇ ਦਿਆਂਗੇ ਠੀਕ ਹੈ ਸਾਡੀ ਧੀ ਦਾ ਕੁਝ ਨਾ ਲਾ ਲੈਂਦਾ ਇਹਨੇ ਸਾਡੀ ਧੀ ਦਾ ਕੀ ਲਾ ਲੈਣਾ ਬਿਲਕੁਲ ਜੇ ਮਤਲਬ ਇਹ ਕਰ ਵੀ ਰਿਹਾ ਤਾਂ ਕੀ ਲਾ ਲੈਣਾ ਸਭਾ ਟਹਿਲ ਟਕੋਰ ਕਰਾ ਲਈਏ ਯਾਨੀ ਟਹਿਲ ਟਕੋਰ ਦਾ ਮਤਲਬ ਹੈ ਖਿਦਮਤ ਅੱਛਾ ਖਿਦਮਤਗਾਰੀ ਇਹਦੇ ਕੋਲੋਂ ਸਾਰੀ ਖਿਦਮਤਗਾਰੀ ਜਿੰਨੀ ਵੀ ਉਸ ਕਰਵਾ ਸਕਦੇ ਹਾਂ ਉਹ ਕਰਵਾ ਦਈਏ ਅਸੀਂ ਵਾਰਿਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ ਮਤਲਬ ਹੁਣ ਇਹ ਵਾਰਿਸ ਸ਼ਾਹ ਜਿਹੜਾ ਨਾ ਸਿਨਿਕਲੀ ਕਹਿ ਰਿਹਾ ਕਿ ਉਹਦੇ ਪਿਓ ਵੱਲੋਂ ਕਿ ਅਸੀਂ ਤੇ ਜੱਟ ਜਿਹੜੇ ਹੈ ਅਸੀਂ ਵਿੱਚੋਂ ਬਹੁਤ ਖੋਟੇ ਹੁੰਦੇ ਹਾਂ ਠੀਕ ਹੈ ਤੇ ਇਹ ਇੱਕ ਜਟਕਾ ਫੰਦ ਇੱਕ ਲਾ ਲਈਏ ਇਹ ਇੱਕ ਜਟਕਾ ਜਾਂ ਜਿਹੜੀ ਡਿਸੈਪਸ਼ਨ ਹੈ ਜਿਹੜੀ ਜਿਹੜੀ ਮਕਰ ਹੈ ਫਰੇਬ ਹੈ ਜਿਹੜਾ ਇਹ ਇੱਥੇ ਚਲਾ ਕੇ ਵੇਖ ਲਈਏ ਅੱਛਾ ਇੱਥੇ ਤੁਸੀਂ ਇਹ ਗੌਰ ਕਰੋ ਕਿ ਵਾਰਿਸ਼ਾ ਜਿਹੜਾ ਹੈ ਉਹ ਇਸ ਬੰਦ ਵਿੱਚ ਕਹਿਣਾ ਇਹ ਚਾਹ ਰਿਹਾ ਕਿ ਇਹ ਜਿਹੜੀ ਬੜੇ ਅਪਰ ਕਲਾਸ ਹੁੰਦੀ ਹੈ ਹਾਕਮ ਤਬਕਾ ਜਿਹੜਾ ਕਿ ਬੜੀ ਆਪਣੇ ਆਪ ਨੂੰ ਸ਼ਾਨ ਤੇ ਬੜੀ ਆਨ ਤੇ ਬੜੀ ਇੱਜ਼ਤ ਤੇ ਬੜੀ ਸਮਝਦਾ ਹੈ ਗੈਰਤਮੰਦ ਸਮਝਦਾ ਹੈ ਉਹ ਜ਼ਾਹਰ ਕਰਦਾ ਹੈ ਉਹਨਾਂ ਦਾ ਜਿਹੜਾ ਆਪਣੀ ਗਰਜ਼ ਹੁੰਦੀ ਹੈ ਜਿਹੜਾ ਆਪਣਾ ਸੈਲਫ ਇੰਟਰਸਟ ਹੁੰਦਾ ਹੈ ਆਪਣੀ ਜਿਹੜੀ ਮੁਆਸ਼ੀ ਲੋੜ ਹੁੰਦੀ ਹੈ ਉਹਦੇ ਵਾਸਤੇ ਸਭ ਕੁਛ ਕਰਨ ਲਈ ਤਿਆਰ ਹੋ ਜਾਂਦਾ ਹੈ ਇਹ ਦੇਖੋ ਨਾ ਜੀ ਉਹ ਕਹਿੰਦਾ ਸਾਡੀ ਧੀ ਦਾ ਕੁਝ ਨਾ ਲਾ ਮਤਲਬ ਜੇ ਸਾਡੀ ਧੀ ਨਾਲ ਇਸ਼ਕ ਵੀ ਕਰਦਾ ਹੈ ਸਾਨੂੰ ਕਿਹੜਾ ਫਰਕ ਪੈਂਦਾ ਸਾਨੂੰ ਕੀ ਫਰਕ ਪੈਂਦਾ ਮਤਲਬ ਇਹ ਹੈ ਸਾਡਾ ਕੰਮ ਨਹੀਂ ਕਰ ਰਿਹਾ ਸਾਡਾ ਕੰਮ ਨਹੀਂ ਕਰ ਰਿਹਾ ਤੇ ਮਤਲਬ ਵਾਰਿਸ ਸ਼ਾਹ ਕਹਿੰਦਾ ਕਿ ਜਿਹੜਾ ਇਕਨੋਮਿਕ ਇੰਟਰਸਟ ਹੈ ਹਾਕਮ ਦਬਕੇ ਦਾ ਉਹ ਬੁਨਿਆਦ ਹੈ ਬਾਕੀ ਜਿਹੜੀਆਂ ਗੱਲਾਂ ਨੇ ਇੱਜ਼ਤ ਤੇ ਬਾਕੀ ਇਤਰਾਮ ਤੇ ਸ਼ਰਮ ਤੇ ਹਯਾ ਇਹ ਸਭ ਐਵੇਂ ਕਰਨ ਦੀਆਂ ਗੱਲਾਂ ਅੱਛਾ ਅੱਛਾ ਉਸ ਤੋਂ ਬਾਅਦ ਜਿਹੜਾ ਹੈ ਉਹ ਉਹ ਵਾਪਸ ਆ ਜਾਂਦਾ ਰਾਂਝਾ ਤੇ ਰਾਂਝਾ ਮੱਝਾਂ ਨੂੰ ਲੈ ਕੇ ਜਾਂਦਾ ਹੈ ਤੇ ਉਹ ਫਿਰ ਪੰਜਾਂ ਪੀਰਾਂ ਨੂੰ ਯਾਦ ਕਰਦਾ ਹੈ ਠੀਕ ਹੈ ਤੇ ਪੰਜੇ ਪੀਰ ਆ ਕੇ ਹਾਜ਼ਰ ਹੋ ਜਾਂਦੇ ਨੇ ਤੇ ਉਹਨੂੰ ਕੀ ਕਹਿੰਦੇ ਨੇ ਇਹ ਪੜੋ ਠੀਕ ਬੱਚਾ ਦੋਹਾਂ ਨੇ ਰੱਬ ਨੂੰ ਯਾਦ ਕਰਨਾ ਨਹੀਂ ਇਸ਼ਕ ਨੂੰ ਲੀਕ ਲਗਾਉਣਾ ਹੀ ਬੱਚਾ ਖਾ ਚੂਰੀ ਚੋਏ ਮਜਬੂਰੀ ਜ਼ਰਾ ਜੀਵ ਨੂੰ ਨਹੀਂ ਬੁਲਾਉਣਾ ਹੀ ਅੱਠੇ ਪੈਰ ਖੁਦਾ ਦੀ ਯਾਦ ਅੰਦਰ ਤੁਸਾਂ ਜ਼ਿਕਰ ਤੇ ਖੈਰ ਕਮਾਉਣਾ ਹੀ ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਡੋਲਾਉਣਾ ਹੀ ਜੀ ਪੀਰ ਕਹਿ ਰਹੇ ਨੇ ਦੋਹਾਂ ਨੂੰ ਜੀ ਬੱਚਾ ਦੋਹਾਂ ਨੇ ਰੱਬ ਨੂੰ ਯਾਦ ਕਰਨਾ ਹੀਰ ਤੇ ਰਾਂਝੇ ਨੂੰ ਪੀਰ ਕਹਿ ਰਹੇ ਨੇ ਠੀਕ ਹੈ ਕਿ ਤੁਸੀਂ ਦੋਹਾਂ ਰੱਬ ਨੂੰ ਯਾਦ ਕਰਦੇ ਰਹਿਣਾ ਠੀਕ ਹੈ ਅੱਲਾ ਨੂੰ ਯਾਦ ਕਰਦੇ ਰਹਿਣਾ ਨਾ ਹੀ ਇਸ਼ਕ ਨੂੰ ਲੀਕ ਲਗਾਉਣਾ ਲੀਕ ਲਾਉਣ ਦਾ ਮਤਲਬ ਬਦਨਾਮ ਕਰਨਾ ਦਾਗ ਲਾਉਣਾ ਦਾਗ ਲਾਉਣਾ ਠੀਕ ਹੈ ਇਸ਼ਕ ਨੂੰ ਦਾਗ ਨਹੀਂ ਲੱਗਣ ਦੇਣਾ ਬੱਚਾ ਖਾ ਚੂਰੀ ਚੋਏ ਮਜਬੂਰੀ ਰਾਂਝੇ ਨੂੰ ਕਹਿੰਦੇ ਨੇ ਚੂਰੀ ਖਾ ਠੀਕ ਹੈ ਤੇ ਬੂਰੀ ਜਿਹੜੀ ਮੱਝ ਹੈ ਉਹ ਚੋ ਮਤਲਬ ਆਰਾਮ ਨਾਲ ਰਹਿ ਠੀਕ ਹੈ ਜ਼ਰਾ ਜੀਵ ਨੂੰ ਨਹੀਂ ਬੁਲਾਉਣਾ ਆਪਣੇ ਬੁਲਾਉਣੇ ਦਾ ਮਤਲਬ ਹੈ ਉਹਨੂੰ ਟਿਕਾਣੇ ਤੋਂ ਹਟਾਉਣਾ ਅੱਛਾ ਫੇਰਨਾ ਉਹਨੂੰ ਆਪਣੇ ਦਿਲ ਨੂੰ ਜਿਹੜਾ ਕਾਇਮ ਰੱਖੀ ਠੀਕ ਹੈ ਉਹਨੂੰ ਕੋਈ ਹੋਰ ਕਿਸੇ ਪਾਸੇ ਨਾ ਜਾਣ ਠੀਕ ਹੈ ਅੱਠੇ ਪੈਰ ਖੁਦਾ ਦੀ ਯਾਦ ਅੰਦਰ ਤੁਸਾਂ ਜ਼ਿਕਰ ਤੇ ਖੈਰ ਕਮਾਉਣਾ ਤੁਸੀਂ ਅੱਠੇ ਪੈਰ ਦੋਵਾਂ ਨੇ ਖੁਦਾ ਦੀ ਖੁਦਾ ਨੂੰ ਯਾਦ ਕਰਦੇ ਰਹਿਣਾ ਹੈ ਤੇ ਜ਼ਿਕਰ ਯਾਨੀ ਖੁਦਾ ਦਾ ਜ਼ਿਕਰ ਕਰਦੇ ਰਹਿਣਾ ਉਹਨੂੰ ਉਹਨੂੰ ਯਾਦ ਕਰਦੇ ਰਹਿਣਾ ਤੇ ਖੈਰ ਕਮਾਉਣਾ ਖੈਰ ਕਮਾਉਣ ਦਾ ਮਤਲਬ ਹੈ ਕਿ ਭਲਾਈ ਕਰਨੀ ਹੈ ਠੀਕ ਹੈ ਤੇ ਦੁਨੀਆਂ ਦੇ ਨਾਲ ਭਲਾਈ ਕਰਦੇ ਰਹਿਣਾ ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਡੁਲਾਉਣਾ ਤੇ ਪੰਜਾਂ ਪੀਰਾਂ ਨੇ ਇਹ ਹੁਕਮ ਦਿੱਤਾ ਉਹਨਾਂ ਨੂੰ ਰਾਂਝੇ ਤੇ ਹੀਰ ਨੂੰ ਕਿ ਤੁਸਾਂ ਇਸ਼ਕ ਨੂੰ ਡੋਲਣ ਨਹੀਂ ਦੇਣਾ ਡੋਲਣ ਦਾ ਮਤਲਬ ਸ਼ੇਕ ਨਹੀਂ ਹੋਣ ਦੇਣਾ ਠੀਕ ਹੈ ਠੀਕ ਹੈ ਮਤਲਬ ਇਹਦੇ ਵਿੱਚ ਜਿਹੜੇ ਪੰਜ ਪੀਰ ਨੇ ਉਹਨੂੰ ਗਾਈਡ ਕਰ ਰਹੇ ਨੇ ਉਹਨੂੰ ਗਾਈਡ ਕਰ ਰਹੇ ਨੇ ਔਰ ਉਹਨੂੰ ਇਹਦੇ ਤੋਂ ਇਸ ਮੰਨ ਤੋਂ ਇਹ ਵਾਰਿਸ ਸ਼ਾਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਜੀ ਕਿ ਇਹ ਜਿਹੜੀ ਹੈ ਇੱਕ ਅਲਾਹੀ ਕੰਮ ਹੈ ਇੱਕ ਰੱਬੀ ਕੰਮ ਹੈ ਔਰ ਇਹ ਜਿਹੜਾ ਇਸ਼ਕ ਹੈ ਇਹ ਬਹੁਤ ਆਲਾ ਦਰਜੇ ਦੀ ਚੀਜ਼ ਹੈ ਕਿ
ਕਿਉਂਕਿ ਉਹ ਪੀਰ ਜਿਹੜੇ ਨੇ ਇਹਨਾਂ ਇਹਦੇ ਵਾਸਤੇ ਇਸ਼ਕ ਲਈ ਇਹ ਰੱਬ ਨੂੰ ਯਾਦ ਕਰਨ ਦਾ ਨਾਂ ਹੈ, ਇਸ਼ਕ ਜਿਹੜਾ ਹੈ ਇਹ ਦੁਨੀਆਂ ਦੇ ਨਾਲ ਭਲਾਈ ਕਰਨ ਦਾ ਨਾਂ ਹੈ ਔਰ ਇਹਨੂੰ ਇਸ਼ਕ ਕਿਹਾ ਜਾਂਦਾ ਹੈ। ਕਾਫੀ ਦੇ ਤਸੱਵਫ ਦਾ ਇਹਦੇ ਵਿੱਚ ਕਨਸੈਪਟ ਦੇ ਰਹੇ ਨੇ। ਹਾਂਜੀ ਹਾਂਜੀ ਠੀਕ ਹੈ। ਤੇ ਉਹ ਫਿਰ ਜਦੋਂ ਹੀ ਇਸ ਤੇ ਅੱਗੇ ਹੁੰਦਾ ਕਿ ਫਿਰ ਅੱਗੇ ਵਾਰਿਸ ਸ਼ਾਹ ਜਿਹੜਾ ਕਹਾਣੀ ਉਹਨੇ ਇੰਜ ਚਲਾਉਂਦਾ ਹੈ ਕਿ ਜਿਹੜਾ ਮੱਝਾਂ ਰਾਂਝਾ ਹੈ ਉਹ ਦਰਿਆ ਤੇ ਮੱਝਾਂ ਲੈ ਜਾਂਦਾ ਹੈ ਤੇ ਹੀਰ ਜਿਹੜੀ ਹੈ ਆਪਣੀਆਂ 60 ਸਹੇਲੀਆਂ ਲੈ ਕੇ ਨਾਲ ਆ ਜਾਂਦੀ ਹੈ ਆਪਣਾ ਉਹਦੇ ਉੱਤੇ ਦਰਿਆ ਤੇ ਠੀਕ ਤੇ ਉਹ ਇਕੱਠੇ ਨਹਾਉਂਦੇ ਨੇ ਰਾਂਝਾ ਤੇ ਉਹਦੀਆਂ ਹੀਰ ਤੇ ਉਹਦੀਆਂ ਸਹੇਲੀਆਂ। ਅੱਛਾ ਸਾਰੇ ਹੁਣ ਇੰਜੋਏ ਕਰ ਰਹੇ ਇੰਜੋਏ ਕਰ ਰਹੇ ਨੇ ਮਤਲਬ ਇਹ ਹੈ ਕਿ ਉਹ ਮਤਲਬ ਉੱਥੇ ਉਹ ਠੀਕ ਹੈ ਜਿਹੜਾ ਵਾਰਿਸ ਸ਼ਾਹ ਹੈ ਉਹ ਉਹਦੀਆਂ ਸਹੇਲੀਆਂ ਤੇ ਉਹਨੂੰ ਹੀਰ ਨੂੰ ਉੱਥੇ ਵਿਖਾ ਕੇ ਜ਼ਾਹਰ ਕਰਨਾ ਚਾਹੁੰਦਾ ਕਿ ਰਾਂਝਾ ਜਿਹੜਾ ਹੈ ਉਹ ਇੱਕ ਐਸੀ ਖਾਹਿਸ਼ ਹੈ ਅਤੇ ਇੱਕ ਐਸੀ ਡਿਜ਼ਾਇਰ ਹੈ ਜਿਹੜੀ ਕਿ ਹਰ ਔਰਤ ਦੀ ਹੈ। ਠੀਕ ਹੈ ਅੱਛਾ ਇਸ ਵਾਸਤੇ ਉਹ ਉਹਨਾਂ ਨੂੰ ਇਕੱਠਿਆਂ ਵਿਖਾਉਂਦਾ ਹੈ। ਠੀਕ ਹੈ ਬਿਲਕੁਲ। ਅਤੇ ਉਹਨਾਂ ਨੂੰ ਵੇਖ ਕੇ ਜਿਹੜਾ ਆਪਣਾ ਕੈਦੋ ਹੈ ਉਹ ਫਿਰ ਆ ਕੇ ਸ਼ਿਕਾਇਤ ਕਰਦਾ ਹੈ। ਕੈਦੋ ਇਹ ਜਸੂਸੀ ਦਾ ਲੱਗਾ ਹੋਇਆ। ਹਾਂਜੀ ਜਸੂਸੀ ਦਾ ਲੱਗਾ ਇਹਨੂੰ ਹੋਰ ਕੋਈ ਕੰਮ ਨਹੀਂ ਹੈ। ਉਹ ਆ ਕੇ ਫਿਰ ਉਹਨਾਂ ਨੂੰ ਮਾਂ ਪਿਓ ਨੂੰ ਦੱਸ ਦਿੰਦਾ ਮਾਂ ਪਿਓ ਨੂੰ ਤੇ ਸਿਆਲਾਂ ਨੂੰ ਕਹਿੰਦਾ ਹੈ ਕਿ ਤੁਸੀਂ ਜਿਹੜੇ ਅੰਨੇ ਹੋਏ ਹੋ ਤੇ ਤੁਸੀਂ ਇਹਨੂੰ ਬੰਦ ਨਹੀਂ ਕਰਦੇ ਤੇ ਇਹ ਤੁਹਾਡੀ ਇੱਜ਼ਤ ਨੂੰ ਲਵਾ ਕੇ ਛੱਡੇਗੀ ਤੇ ਉਹ ਜਿਹੜੇ ਨੇ ਉਹ ਆਪਣਾ ਉਹਦੇ ਮਾਂ ਪਿਓ ਜਿਹੜੇ ਨੇ ਉਹ ਕਾਜ਼ੀ ਨੂੰ ਸੱਦ ਲੈਂਦੇ ਤੇ ਅੱਛਾ ਇੱਥੇ ਪੜੋ। ਠੀਕ ਹੈ। ਹੀਰ ਵੱਤ ਕੇ ਬੇਲਿਓਂ ਘਰੀ ਆਈ ਮਾਂ ਬਾਪ ਕਾਜ਼ੀ ਸੱਦ ਲਿਆਉਂਦਾ ਨੇ ਲਿਆਉਂਦੇ ਨੇ ਲਿਆਉਂਦੇ ਨੇ ਦੋਵੇਂ ਅਹਿਲ ਬੈਠੇ ਉੱਤੇ ਵਿੱਚ ਕਾਜ਼ੀ ਅਤੇ ਵਿੱਚ ਕਾਜ਼ੀ ਅਤੇ ਸਾਹਮਣੇ ਹੀਰ ਬਿਹਾਮਦਾ ਨੇ ਬਿਹਾਮਦੇ ਨੇ ਬੱਚਾ ਹੀਰ ਤੈਨੂੰ ਅਸੀਂ ਮਤ ਦਿੰਦੇ ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ ਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਇਹ ਮਿਹਨਤੀ ਖੇੜੇ ਥੋਂ ਦੇ ਨੇ ਤਰੰਜਨ ਜੋੜ ਕੇ ਆਪਣੇ ਘਰੀਂ ਬਹਿ ਬਹੀਏ ਸੁਗੜ ਗਾਉਂ ਕੇ ਜੀ ਪਰਚਾਉਂਦੇ ਨੇ ਲਾਲ ਚਰਖੜਾ ਡਾ ਕੇ ਛੋਪ ਪਾਈਏ ਕੇ ਸੋਹਣੇ ਗੀਤ ਚਨਾਉਂਦੇ ਨੇ ਨੀਵੇਂ ਨਜ਼ਰ ਹਯਾ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਉਂਦੇ ਨੇ ਚੂਚਕ ਸਿਆਲ ਹੋਰੀ ਹੀਰ ਜਾਨਣੀ ਹੀਰੇ ਜਾਨਣੀ ਹੈ ਸਰਦਾਰ ਦੇ ਪੈਂਚ ਸਰਦਾਰ ਦੇ ਪੈਂਚ ਗਰਾਉਂਦੇ ਨੇ ਸ਼ਾਮ ਸ਼ਰਮ ਮਾਪਿਆਂ ਦੀ ਵੱਲ ਧਿਆਨ ਕਰੀਏ ਵਾਲਾ ਵਾਲਾ ਸ਼ਾਨ ਇਹ ਜੱਟ ਸਦਾਉਂਦੇ ਨੇ ਬਾਹਰ ਫਿਰਨ ਨਾ ਸੋਹਣਾ ਜੱਟਿਆਂ ਸੋਹਦਾ ਜੱਟਿਆਂ ਨੂੰ ਅੱਜ ਕੱਲ੍ਹ ਲਾਗੀ ਘਰ ਆਉਂਦੇ ਨੇ ਇੱਥੇ ਵਿਆਹ ਦੇ ਵੱਡੇ ਸਮਾਨ ਹੋਏ ਖੇੜੇ ਪਏ ਬਿਨਾਂ ਬਣਾਉਂਦੇ ਨੇ ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਮੇਲ ਕੇ ਜੰਝ ਲਿਆਉਂਦੇ ਨੇ। ਹਾਂਜੀ ਹੀਰ ਵੱਤ ਕੇ ਬੇਲਿਓਂ ਘਰੀਆਂ ਆਈ ਵੱਤ ਕੇ ਮਤਲਬ ਵਾਪਸ ਅੱਛਾ ਯਾਨੀ ਹੀਰ ਵਾਪਸ ਜੰਗਲ ਤੋਂ ਬੇਲੇ ਤੋਂ ਮਤਲਬ ਵਾਪਸ ਆਈ ਜੀ ਤੇ ਮਾਂ ਬਾਪ ਕਾਜ਼ੀ ਸੱਦ ਲਿਆਉਂਦੇ ਨੇ ਤੇ ਜਿਹੜਾ ਮਾਂ ਪਿਓ ਹੈ ਉਹਨਾਂ ਨੇ ਕਾਜ਼ੀ ਨੂੰ ਸੱਦ ਕੇ ਲਿਆ ਤਾਂ ਕਿ ਵਿਆਹ ਕਰਦੀ ਹੈ ਨਹੀਂ ਵਿਆਹ ਨਹੀਂ ਅਜੇ ਵਿਆਹ ਦੀ ਗੱਲ ਨਹੀਂ ਹੋਈ ਅੱਛਾ ਕਾਜ਼ੀ ਨੂੰ ਲਿਆਂਦਾ ਕਿ ਉਹ ਉਹਨਾਂ ਨੂੰ ਸਮਝਾਵੇ ਠੀਕ ਹੈ ਦੋਵੇਂ ਅਹਿਲ ਬੈਠੇ ਯਾਨੀ ਦੋਨੋਂ ਪਾਰਟੀਆਂ ਯਾਨੀ ਹੀਰ ਦੀ ਮਾਂ ਤੇ ਪਿਓ ਠੀਕ ਹੈ ਦੋਵੇਂ ਅਹਿਲ ਬੈਠੇ ਅਤੇ ਵਿੱਚ ਕਾਜ਼ੀ ਵਿੱਚ ਦੋਵੇਂ ਜਿਹੜੇ ਨੇ ਉਹ ਬੈਠੇ ਤੇ ਵਿੱਚ ਕਾਜ਼ੀ ਬਹਿ ਗਿਆ ਠੀਕ ਹੈ ਅਤੇ ਸਾਹਮਣੇ ਹੀ ਮਾਂ ਤੇ ਹੀਰ ਨੂੰ ਵੀ ਸਾਹਮਣੇ ਬਿਠਾ ਠੀਕ ਹੈ 1-to-1 ਹੋ ਰਹੀ ਗੁਫ਼ਤਗੂ ਹਾਂਜੀ ਉੱਥੇ ਹੁਣ ਇਹ ਉਹ ਨਕਸ਼ਾ ਖਿੱਚ ਰਿਹਾ ਠੀਕ ਹੈ ਬੱਚਾ ਹੀਰ ਤੈਨੂੰ ਅਸੀਂ ਮਤ ਦਿੰਦੇ ਯਾਨੀ ਹੀਰ ਨੂੰ ਕਹਿੰਦਾ ਕਾਜ਼ੀ ਕਿ ਅਸੀਂ ਤੈਨੂੰ ਸਮਝਾਉਂਦੇ ਹਾਂ ਮਤ ਦਿੰਦੇ ਹਾਂ ਮਿੱਠੀ ਨਾਲ ਜ਼ਬਾਨ ਸਮਝਾਉਂਦੇ ਉਹਨੂੰ ਬੜੀ ਮਿੱਠੀ ਜ਼ਬਾਨ ਦੇ ਨਾਲ ਉਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਠੀਕ ਹੈ ਚਾਕ ਚੋਬਰਾਂ ਨਾਲ ਨਾ ਗੱਲ ਕੀਤੀ ਮਤਲਬ ਗੱਲ ਕੀ ਸਮਝਾ ਰਹੇ ਨੇ ਕਿ ਚਾਕ ਯਾਨੀ ਨੌਕਰ ਚੋਬਰ ਜਿਹੜੇ ਨੇ ਉਹ ਵੀ ਨੌਕਰਾਂ ਦੇ ਥੱਲੇ ਦੱਦੇ ਦੇ ਨੌਕਰ ਠੀਕ ਹੈ ਮਤਲਬ
ਕਾਜ਼ੀ ਕਹਿ ਰਿਹਾ ਕਿ ਚਾਕ ਚੋਬਰਾਂ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਕੁੜੀਆਂ ਨੂੰ। ਠੀਕ ਹੈ, ਇਹ ਮਿਹਨਤੀ ਕਿਹੜੇ ਥਾਂ ਦੇ ਨੇ, ਇਹ ਜਿਹੜੀ ਮਿਹਨਤ ਕਰਕੇ ਖਾਂਦੇ ਨੇ ਵਰਕਿੰਗ ਕਲਾਸ ਜਿਹੜੀ ਹੈ, ਇਹ ਇਹਨਾਂ ਇਹ ਕਿਹੜੇ ਕਿਸੇ ਥਾਂ ਦੇ ਨੇ, ਇਹ ਮਤਲਬ ਇਹਨਾਂ ਦੀ ਕਿਹੜੀ ਕੋਈ ਔਕਾਤ ਹੈ, ਇਹਨਾਂ ਦੀ ਕੀ ਔਕਾਤ ਹੈ, ਇਹ ਤਾਂ ਬੇਔਕਾਤੇ ਲੋਕ ਨੇ। ਤ੍ਰਿੰਜਣ ਜੋੜ ਕੇ ਆਪਣੇ ਘਰੀ ਬਹੀਏ, ਠੀਕ ਹੈ, ਯਾਨੀ ਕੁੜੀਆਂ ਇਕੱਠੀਆਂ ਹੋ ਕੇ ਜਦੋਂ ਬਹਿੰਦੀਆਂ ਨੇ ਤਾਂ ਤ੍ਰਿੰਜਣ ਕਹਿੰਦੇ ਨਾ, ਬਿਲਕੁਲ, ਤ੍ਰਿੰਜਣ ਜੋੜ ਕੇ ਆਪਣੇ ਘਰ ਬਹੀਏ। ਠੀਕ ਹੈ, ਕੁੜੀਆਂ ਨੂੰ ਚਾਹੀਦਾ ਕਿ ਤ੍ਰਿੰਜਣ ਜੋੜ ਕੇ ਘਰਾਂ ਚ ਬਹਿਣ। ਠੀਕ ਹੈ, ਸੁਗੜ ਗਾਉਂ ਕੇ ਜੀ ਪਰਚਾਉਣ ਦੇ ਨੇ, ਤੇ ਸੁਗੜ ਯਾਨੀ ਜਿਹੜੇ ਸੋਹਣੇ ਗੀਤ ਨੇ ਜੀ ਉਹ ਗਾ ਕੇ ਤੇ ਜੀ ਪਰਚਾਉਣਾ ਹੁੰਦਾ, ਦਿਲ ਨੂੰ ਤਸੱਲੀ ਦੇਣਾ, ਖੁਸ਼ ਕਰ ਦੇਣਾ। ਠੀਕ ਹੈ, ਆਪਣੇ ਦਿਲ ਨੂੰ ਖੁਸ਼ ਕਰੀਏ। ਠੀਕ ਹੈ, ਲਾਲ ਚਰਖੜਾ ਡਾਹ ਕੇ ਛੋਪ ਪਾਈਏ, ਕੁੜੀਆਂ ਦੇ ਵਾਸਤੇ ਇਹ ਕੁੜੀਆਂ ਨੂੰ ਇਹ ਚਾਹੀਦਾ ਕਿ ਲਾਲ ਚਰਖਾ ਡਾਹ ਕੇ ਜੀ ਤੇ ਉਹ ਕੱਤਣ। ਹਾਂਜੀ, ਠੀਕ ਹੈ ਜੀ, ਠੀਕ ਹੈ, ਛੋਪ ਪਾਈਏ ਤਾਂ ਮਤਲਬ ਉਹ ਮੁਕਾਬਲਾ ਕਰਦੀਆਂ ਨੇ ਕੁੜੀਆਂ ਆਪਸ ਦੇ ਵਿੱਚ। ਠੀਕ ਹੈ, ਕਿਹ ਸੋਹਣੇ ਗੀਤ ਜਨਾ ਆਉਂਦੇ ਨੇ, ਚਨਾ ਦਰਿਆ ਦੇ ਉੱਤੇ ਜਿਹੜੇ ਕੁੜੀਆਂ ਦੇ ਗੀਤ ਨੇ ਉਹ ਕਿੱਡੇ ਸੋਹਣੇ ਨੇ, ਉਹ ਮਤਲਬ ਗਾਈਏ। ਠੀਕ ਹੈ, ਨੀਵੀਂ ਨਜ਼ਰ ਹਯਾ ਦੇ ਨਾਲ ਰਹੀਏ, ਕੁੜੀਆਂ ਲਈ ਜ਼ਰੂਰੀ ਹੈ ਕਿ ਉਹ ਨਜ਼ਰ ਨੀਵੀਂ ਰੱਖਣ। ਠੀਕ ਹੈ, ਤੇ ਹਯਾ ਦੇ ਨਾਲ ਰਹਿਣ। ਸਹੀ, ਤੈਨੂੰ ਸਭ ਸਿਆਣੇ ਫਰਮਾਉਂਦੇ ਨੇ, ਤੈਨੂੰ ਸਾਰੇ ਸਿਆਣੇ ਜਿਹੜੇ ਨੇ ਇਹੋ ਗੱਲ ਸਮਝਾਉਂਦੇ ਨੇ ਕਿ ਨੀਵੀਂ ਨਜ਼ਰ ਤੇ ਹਯਾ ਦੇ ਨਾਲ ਸ਼ਰਮ ਦੇ ਨਾਲ ਰਹਿਣਾ ਚਾਹੀਦਾ ਹੈ। ਚੂਚਕ ਸਿਆਲ ਹੁਰੀ ਹੀਰੇ ਜਾਣਨੀ ਹੈ, ਸਰਦਾਰ ਤੇ ਪੈਂਚ ਗਰਾਉਂਦੇ ਨੇ। ਕਹਿੰਦਾ ਉਹ ਕਾਜ਼ੀ ਕਹਿੰਦਾ ਕਿ ਹੀਰੇ ਤੂੰ ਜਾਣਨੀ ਹੈ ਨਾ ਕਿ ਜਿਹੜੇ ਚੂਚਕ ਸਿਆਲ ਨੇ ਜੀ, ਜਿਹੜਾ ਚੂਚਕ ਸਿਆਲ ਹੈ ਜਿਹੜਾ ਇਹ ਗਰਾਂ ਦਾ ਮਤਲਬ ਹੈ ਗਾਓ ਗਾਓ ਪਿੰਡ ਬਿਲਕੁਲ ਇਲਾਕਾ, ਇਹ ਇਲਾਕੇ ਦੇ ਸਰਦਾਰ ਤੇ ਪੰਚਾਇਤ ਦੇ ਹੈਜ ਨੇ। ਅੱਛਾ, ਸਰਪੰਚ ਸਰਪੰਚ ਗਰਾਉਂ ਦੇ ਨੇ, ਗਰਾਉਂ ਇਹ ਪਿੰਡ ਦੇ ਬਿਲਕੁਲ ਜਿਹੜੇ ਨੇ ਉਹ ਪੈਂਚ ਨੇ। ਸ਼ਰਮ ਮਾਪਿਆਂ ਦੀ ਵੱਲ ਧਿਆਨ ਕਰੀਏ, ਆਪਣੇ ਮਾਂ ਪਿਓ ਦੀ ਜਿਹੜੀ ਸ਼ਰਮ ਹੈ, ਹਯਾ ਹੈ, ਜਿਹੜੀ ਉਹਨਾਂ ਦੀ ਇੱਜ਼ਤ ਹੈ, ਜਿਹੜਾ ਉਹਨਾਂ ਦਾ ਵਕਾਰ ਹੈ, ਉਹਦੀ ਖਿਆਲ ਕਰੋ, ਉਹਦਾ ਖਿਆਲ ਕਰਨਾ ਚਾਹੀਦਾ। ਵਾਲਾ ਸ਼ਟ ਵਾਲਾ ਸ਼ਾਹ ਇਹ ਜੱਟ ਸਦਾਉਂਦੇ ਨੇ, ਇਹ ਜਿਹੜੇ ਜੱਟ ਨੇ ਜਿਹੜੇ ਤੇਰੇ ਮਾਂ ਪਿਓ ਦੇ ਕਬੀਲਾ ਜਿਹੜਾ ਹੈ, ਇਹ ਬੜੀ ਇਹਨਾਂ ਦੀ ਸ਼ਾਨ ਤੇ ਇਹਨਾਂ ਦੀ ਆਣ ਜਿਹੜੀ ਹੈ ਉਹ ਬੜੀ ਬਹੁਤ ਸ਼ਾਨਦਾਰ ਕਿਸਮ ਦੇ ਜੱਟ ਮਸ਼ਹੂਰ ਨੇ। ਬਾਹਰ ਫਿਰਨਾ ਸੋਹਣਾ ਜੱਟੀਆਂ, ਸੋਹਣੇ ਦਾ ਮਤਲਬ ਹੈ ਸੋਹਣਾ ਲੱਗਦਾ। ਠੀਕ ਹੈ, ਯਾਨੀ ਜੱਟੀਆਂ ਨੂੰ ਬਾਹਰ ਫਿਰਨਾ, ਘਰੋਂ ਨਿਕਲ ਕੇ ਬਾਹਰ ਫਿਰਨਾ ਠੀਕ ਨਹੀਂ ਲੱਗਦਾ। ਹਾਂਜੀ, ਅੱਜ ਕੱਲ ਲਾਗੀ ਘਰ ਆਉਂਦੇ ਨੇ, ਬਸ ਅੱਜ ਕੱਲ ਦੇ ਵਿੱਚ ਹੀ ਰਿਸ਼ਤਾ ਕਰਵਾਉਣ ਵਾਲੇ ਜਿਹੜੇ ਲਾਗੀ ਹੁੰਦੇ ਨੇ ਉਹ ਜਿਹੜੇ ਰਿਸ਼ਤਾ ਕਰਵਾਉਣ ਆਉਂਦੇ ਨੇ, ਆਮ ਤੌਰ ਤੇ ਪਿੰਡਾਂ ਦੇ ਵਿੱਚ ਇਹ ਕੰਮ ਨਾਈ ਕਰਦੇ ਸਨ ਬਿਲਕੁਲ, ਜਾਂ ਹੋਰ ਕਮੀਆਂ ਦੇ ਥਰੂ ਪੈਰਾਂ ਭੇਜਿਆ ਜਾਂਦਾ ਸੀ, ਉਹਨੂੰ ਲਾਗੀ ਕਹਿੰਦੇ। ਲਾਗੀ ਕਹਿੰਦੇ ਤੇ ਮਤਲਬ ਉਹ ਕਈਆਂ ਕਾਜ਼ੀ ਕਹਿੰਦਾ ਕਿ ਅੱਜ ਕੱਲ ਜਿਹੜੇ ਨੇ ਉਹ ਲਾਗੀ ਆਉਣ ਵਾਲੇ ਨੇ ਤੇਰੇ ਵਿਆਹ ਵਾਸਤੇ, ਇੱਥੇ ਵਿਆਹ ਦੇ ਵੱਡੇ ਸਮਾਨ ਹੋਏ, ਨਾਲੇ ਵੀ ਕਹਿੰਦਾ ਕਿ ਦੇਖ ਤੇਰੇ ਵਿਆਹ ਦੇ ਬੜੇ ਵੱਡੇ ਬੜੇ ਬੜੇ ਚੰਗੀ ਤਰ੍ਹਾਂ ਸਮਾਨ ਤਿਆਰੀ ਹੋ ਰਹੀ ਹੈ, ਤੇਰੀ ਸ਼ਾਦੀ ਹੋ ਰਹੀ ਹੈ, ਖੇੜੇ ਪੈ ਬਣਾ ਬਣਾ ਤੇ ਤੇਰੇ ਜਿਹੜੇ ਸਹੁਰੇ ਨੇ ਉਹ ਚੀਜ਼ ਦੇ ਖੇੜੇ ਜਿਹੜੇ ਉਹ ਸਹੁਰੇ ਬਣ ਗਏ ਨਾ ਹੀਰ ਦੇ। ਅੱਛਾ, ਖੇੜੇ ਦੂਜਾ ਕਬੀਲਾ। ਠੀਕ ਹੈ, ਠੀਕ ਹੈ, ਤੇ ਉਹ ਕਹਿੰਦਾ ਕਿ ਖੇੜੇ ਜਿਹੜੇ ਨੇ ਉਹ ਬਣਾ ਬਣਾਉਂਦਾ ਤਿਆਰੀ ਕਰਦਾ, ਉਹ ਤਿਆਰੀਆਂ ਕਰਦੇ। ਠੀਕ ਹੈ, ਉਹ ਆਪਣਾ ਸਮਾਨ ਜੋੜ ਰਹੇ। ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਮੇਲ ਕੇ ਜੰਜ ਲਿਆ, ਤੇ ਚੰਦ ਹੀ ਕੁਝ ਦਿਨਾਂ ਦੇ ਵਿੱਚ ਹੀ ਜਿਹੜੇ ਖੇੜੇ ਨੇ ਉਹ ਲੋਕਾਂ ਆਪਣੇ ਬੰਦਿਆਂ ਨੂੰ ਇਕੱਠਿਆਂ ਕਰਕੇ ਮੇਲ ਕੇ ਯਾਨੀ ਇਕੱਠਿਆਂ ਕਰਕੇ ਜੰਜ ਲੈ ਕੇ ਬਰਾਤ ਲੈ ਕੇ ਆ ਰਹੇ ਨੇ। ਠੀਕ ਹੈ, ਅੱਛਾ, ਇਹਦੇ ਵਿੱਚ ਜੇ ਤੁਸੀਂ ਵੇਖੋ ਤੇ ਕਾਜ਼ੀ ਜਿਹੜਾ ਜੀ ਵਾਰਿਸ ਸ਼ਾਹ ਦਾ ਮਤਲਬ ਇਹ ਹੈ ਕਿ ਵਾਰਿਸ ਸ਼ਾਹ ਨੇ ਪਹਿਲੇ ਤੁਹਾਨੂੰ ਯਾਦ ਆ ਕਿ ਕਾਜ਼ੀ ਦਾ ਕਰੈਕਟਰ ਜਿਹੜਾ ਹੈ ਬਿਲਕੁਲ ਸ਼ੁਰੂ ਚ ਕਿਹਾ ਸੀ ਕਿ ਹਜ਼ਰਤ ਕਾਜ਼ੀ ਦੇ ਪੈਂਚ ਸਦਾ ਸਾਰੇ ਬਾਈਆਂ ਜ਼ਮੀਨ ਨੂੰ ਕੱਚ ਪਵਾਈ ਜਾ ਰਹੀ, ਬਿਲਕੁਲ ਵੱਡੀ ਦੇ ਕੇ ਭੂਏ ਦੇ ਬਣੇ ਵਾਰਿਸ, ਬੰਜਰ ਜ਼ਮੀਨ ਰਜੇਠੇ ਨੂੰ ਆਈ, ਕਿ ਮਤਲਬ ਇਹ ਹੈ ਕਿ ਕਾਜ਼ੀ ਨੂੰ ਰਿਸ਼ਵਤ ਦੇ ਕੇ
ਤੇ ਉਹਦੇ ਭਰਾਵਾਂ ਨੇ ਜ਼ਮੀਨ ਆਪਣੇ ਨਾਲ ਲੈ ਲਈ ਸੀ। ਤੇ ਵਾਰਿਸ ਸ਼ਾਹ ਕਹਿਣਾ ਇਹ ਚਾਹੁੰਦਾ ਹੈ ਕਿ ਜਿਹੜੇ ਕਾਜ਼ੀ ਨੇ ਬਜਾਏ ਇਸਦੇ ਕਿ ਉਹ ਮਜ਼ਹਬ ਦੇ ਬੁਨਿਆਦ ਦੇ ਉੱਤੇ ਫੈਸਲੇ ਕਰਨ, ਉਹ ਅਪਰ ਕਲਾਸ ਜਿਹੜੀ ਹੈ ਉਹਦੇ ਨੌਕਰ ਨੇ, ਉਹ ਸਾਰੇ ਕਰਪਟ ਨੇ, ਔਰ ਉਹ ਗੱਲ ਕਰਦੇ ਨੇ ਜਿਹੜੀ ਕਿ ਉੱਪਰ ਵਾਲਾ ਤਬਕਾ ਜਿਹੜਾ ਹਾਕਮ ਤਬਕਾ ਹੈ ਉਹ ਚਾਹੁੰਦਾ ਹੈ ਕਿ ਉਹ ਕਰੇ। ਬਿਲਕੁਲ, ਇਸ ਵਾਸਤੇ ਉਹ ਜਿਹੜਾ ਕਾਜ਼ੀ ਹੈ ਉਹ ਉਹਨਾਂ ਦੀ ਜਿਹੜੀ ਸਰਦਾਰ ਨੇ ਉਹਨਾਂ ਦੀਆਂ ਤਾਰੀਫਾਂ ਕਰ ਰਿਹਾ ਹੈ, ਔਰ ਉਹ ਹੀਰ ਨੂੰ ਕਹਿ ਰਿਹਾ ਕਿ ਤੂੰ ਇਹਨਾਂ ਦੀ ਇੱਜ਼ਤ ਜਿਹੜੀ ਦੀ ਲਾਜ ਰੱਖ, ਇਹਨਾਂ ਦੀ ਇੱਜ਼ਤ ਵੱਲ ਦੇਖ, ਤੇਰਾ ਵਿਆਹ ਹੋਣ ਵਾਲਾ ਹੈ। ਮਤਲਬ ਇਹ ਹੈ ਕਿ ਜਿਹੜਾ ਕਾਜ਼ੀ ਹੈ ਉਹ ਕੋਈ ਸ਼ਰੀ ਦਲੀਲ ਨਹੀਂ ਦੇ ਰਿਹਾ ਕਿ ਤੂੰ ਕਿਉਂ ਰਾਂਝੇ ਨਾਲ ਵਿਆਹ ਨਾ ਕਰ, ਬਲਕਿ ਉਹ ਜਿਹੜੀ ਕਬੀਲੇ ਦੇ ਜਿਹੜੇ ਜਿਹੜੀ 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 ਦਲੀਲ ਹੈ ਕਬੀਲੇ ਦੇ ਵੱਡੇ ਹੋਣ ਦੀ, ਉਹਨੂੰ ਵਜ੍ਹਾ ਦੱਸ ਰਿਹਾ। ਔਰ ਦੇਖੋ ਉਹ ਜਿਹੜਾ ਹੈ ਉਹ ਆਪਣਾ ਉਹ ਕਹਿੰਦਾ ਚਾਕ ਚੋਬਰਾ ਨਾਲ ਨਾ ਗੱਲ ਕੀਤੀ, ਯਾਨੀ ਮਤਲਬ ਜਿਹੜੀ ਔਰਤ ਹੈ ਹੁਕਮਰਾਨ ਤਬਕੇ ਦੀ ਉਹਨੂੰ ਅੱਛਾ ਨਹੀਂ ਲੱਗਦਾ ਕਿ ਉਹ ਮਿਹਨਤੀਆਂ ਬੰਦਿਆਂ ਦੇ ਨਾਲ ਗੱਲ ਕਰਨ। ਮਤਲਬ ਇਹ ਹੈ ਕਿ ਇਹ ਦੇ ਵਿੱਚ ਲੱਗਦਾ ਹੈ ਕਿ ਜਿਹੜਾ ਕਾਜ਼ੀ ਹੈ ਉਹ ਇੱਕ ਕਲਾਸ ਰਖਵਾਲਾ ਹੈ, ਔਰ ਉਹ ਜਿਹੜਾ ਥੱਲੇ ਵਾਲਾ ਤਬਕਾ ਹੈ ਜਿਹੜੇ ਮਿਹਨਤੀਆਂ ਦਾ ਤਬਕਾ ਹੈ ਉਹਦੇ ਨਾਲ ਉਹ ਨਫ਼ਰਤ ਕਰਦਾ। ਹਾਂਜੀ, ਤੇ ਇਹ ਜਿਹੜਾ ਹੈ ਵਾਰਿਸ ਸ਼ਾਹ ਨੇ ਇਸ ਸੰਬੰਧ ਵਿੱਚ ਇਹ ਗੱਲ ਖੋਲ੍ਹ ਕੇ ਜਿਹੜੀ ਹੈ ਉਹਨੂੰ ਸਾਰਾ ਜਿਹੜੇ ਕਲਾਸ ਦੇ ਡਿਫਰੈਂਸਸ ਨੇ ਉਹਨਾਂ ਨੂੰ ਉਹ ਡਿਫਾਈਨ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਜਿਹੜਾ ਚਾਲੂ ਮਜ਼ਹਬ ਹੈ ਔਰ ਚਾਲੂ ਮਜ਼ਹਬ ਦੇ ਜਿਹੜੇ ਕਾਜ਼ੀ ਨੇ ਉਹ ਮੁੱਢਲੇ ਤੌਰ ਦੇ ਉੱਤੇ ਉਸ ਇਲਾਕੇ ਦੇ ਹਾਕਮਾਂ ਦੀ ਗੱਲ ਕਰਦੇ ਨੇ, ਉਹ ਕਿਸੇ ਮਜ਼ਹਬ ਦੇ ਉੱਤੇ ਨਹੀਂ ਚੱਲਦੇ। ਬਿਲਕੁਲ, ਬਰਾਬਰੀ ਨਹੀਂ ਕੀ। ਹਾਂਜੀ, ਮੇਰਾ ਖਿਆਲ ਅੱਜ ਇੰਨਾ ਕਾਫੀ ਹੈ। ਠੀਕ ਹੈ, ਬਾਕੀ ਅਗਲੀ ਵਾਰੀ ਚ।